एआरपी 1550 एएम ते तुहाडा स्वागत है। मैं तुहाडा मेजबान हरजीत सिंह गिल। 12:37 होए ने 23 सितंबर का दिन अवरा 2021 का वीरवार है। 7 असूदा 553 निघा हार दे स्वागत है। चढ़ वाले हकां की भेट उत्ते थोनू शरदा दे फुल चढ़ाउण लग्या। थोड़ी याद विच बैठ के दो घड़िया एक दो प्यार दे हंझू बहाउण लग्या। थोनू मिलू हंगारा संसार विचों मुढ बन्निया तुसीं कहानियां दा। सौ खांदिया असी जवानिया की मुल तारांगे असी करवानिया। जिथे गए हो असी भी आए जाणो। बलदी चिखा ठंडी नहीं होण देनी। गर्म रखांगे दौर करवानिया दा। लहर हक्कां दी ही रंडी नहीं होण देनी। खेडण जाण दे हड़ां दी हिक अंदर श्री जुलम दी झंडी नहीं होण देनी। साम्राज दी मंडी जे हिंद होया हुणे लोथां दी मंडी नहीं होण देनी। चढ़न वाले हक्कां दी भेट उत्ते थोनू शरदा दे फुल चढ़ाउण लगे। संत राम जी उदासी श्रद्धांजलि ते ललकार कठी कर दे। 12:40 हो गए जी। सारे दा धन्नवाद है। ताऊ माजरा कहिंदा जदों बंदा उम्र दे पक्खों सियाणा हो जाए ना फिर नवी जनरेशन नूं कमला लगन लग जांदा। गल उहदे वस दी नहीं हुंदी। यारी दीआं पींघां दे हलारे छेती नहीं थंभदे हुंदे। रहिंदी उम्र तक बंदा तुरगियां दी पैड पछाणदा। गौं नाल सुण तेनू हाक मारदा बजुर्ग। 3 बार अपनी जवानी वेले दीआं संगियां दे नाम लै दिंदा जिन्हां नाल जवानी वलों डविडे चलाए होण। उहनां दीआं गल्लां दिल ते पैड़ां तां बण ही जांदियां ने ते नक्कियां ते खड़के लाईआं हेकां उहदे पैड़ां च कहानी उंगण दिंदियां। बाई पीलू दे मिर्जे दी हेक लाउण लग्गिआं सामणे खूह बन्नी वेख के गाउंदा सी। टिंडां गेड़म गेड़ियां बई भर भर डोलन नीर। आ कुत्ता टक टक वजदा मेरा मन नहीं बनदा धीर। क्यारियां पानी वंडिया ज्यों वाईयां भाईयां वंडी जगीर। नाकी विचारा इउं फिरे ज्यों दर दर फिरे फकीर। ओ जो दिसदियां टालियां बई सावें पत्त कचूच। बह बह गईयां मजलसां राड़े रौ मलूक। जोगियां आसन छड ते रह गई पई भभूत। चौंकूटां ते पै रही पीलू मौत दी ਊਕ। ਕਿਤੋਂ ਵੀ ਲੱਭੇ ਬੰਦਾ ਹੌਸਲੇ ਦੀ ਡੋਜ ਲੱਭਦਾ। ਇਹਨਾਂ ਨੂੰ ਸਿਰਫ ਬਜ਼ੁਰਗ ਨਾ ਸਮਝੀਏ। ਯੁੱਗ ਸਾਂਭੀ ਬੈਠਿਆ ਸ਼ਾਇਦ ਕਦੇ ਨਾ ਮੁੜੇ। ਇਤਿਹਾਸ ਕਲਮਾਂ ਦੇ ਸਮੇਂ ਦੀਆਂ ਸਰਕਾਰਾਂ ਤੋੜ ਮਰੋੜ ਦਿੰਦੀਆਂ ਨੇ। ਜਿਹੜਾ ਨਾਲ ਇਹਨਾਂ ਨੇ ਇਕੱਠਿਆਂ ਹਲਕ ਜੁੜੇ ਸੀ ਉਹ ਦਿਲਾਂ ਦੇ ਜਾਨੀ ਇਹਨਾਂ ਨੇ ਉੱਜੜਦੇ ਵੇਖਿਆ। ਉਹਨਾਂ ਦੇ ਵੱਡੇ ਜਾਣ ਦੀਆਂ ਖਬਰਾਂ ਸੁਣ ਕੇ ਦੀਪਦੇ ਗਾਲਿਆ। ਹੁਣ ਵੀ ਕਹਿੰਦੇ ਆ ਅਜਾੜਿਆਂ ਦੀ ਗੱਲ ਹੈ। ਬਾਈ ਦੇ ਮਾਮੇ ਦਾ ਮੁੰਡਾ ਅਕਾਲੀ ਬਾਬਾ ਕਹਿੰਦਾ ਹੁੰਦਾ ਸੀ ਸਾਡੀ ਪੀੜੀ ਦੋ ਲੜਾਈਆਂ ਵੇਖ ਚੱਲੀ ਉਹ ਪੱਲਾ। ਦੋ ਦੁੱਖਾਂ ਢਾ ਚੱਲੀ। ਪਹਿਲਾਂ 47 ਦਾ ਜਦ ਆਪਣਿਆਂ ਨਾਲ ਆਪੇ ਹੀ ਪੰਜਾਬ ਖਹਿ ਖਹਿ ਕੇ ਜ਼ਖਮੀ ਹੋਇਆ। ਖੋਜੇ ਨੇ ਤੇ ਇੱਕ ਖੱਤਰੀ ਨੇ ਇਹਦੀ ਹਿੱਕ ਤੇ ਲੈਣਾ ਬਾਅਦ। ਜਿਹੜੇ ਉਦੋਂ ਬੱਚੇ ਉਹ ਅਨਾਥ ਕਰਤੇ ਆ 84 ਚ ਜਦ ਦਿੱਲੀ ਤੇ ਪੰਜਾਬ ਦੀ ਜੰਗ ਲੱਗੀ। ਉਹ 84 ਨੂੰ ਦਿੱਲੀ ਤੇ ਪੰਜਾਬ ਦੀ ਲੜਾਈ ਆਉਂਦਾ ਹੁੰਦਾ ਸੀ। ਬਾਈ ਨੇ ਕਹਿਣਾ ਬਈ ਬੜੀ ਦੁਨੀਆਂ ਮਰੀ ਉਦੋਂ। ਅਸੀਂ ਅਕਾਲੀ ਬਾਬੇ ਵੱਲ ਦੇਖਣਾ। ਉਹਨੇ ਕਹਿਣਾ ਓਏ ਮਿੱਟੀ ਚ ਜੰਮੇ ਕਦੇ ਮਰਦਿਆ ਸ਼ੇਰੋ। ਆਹ ਤਾਂ ਧਰਤੀ ਦੇ ਸਿਰ ਲੱਥ ਜੋਧੇ ਆ। ਇੱਥੋਂ ਉੱਠ ਕੇ ਇੱਥੇ ਮਿਲ ਜਾਣ ਵਾਲੇ। ਨਾਲ ਉਹਨੇ ਬੈਠੇ ਹੋਏ ਮਿੱਟੀ ਤੇ ਚੌੜਾ ਹੱਥ ਫੇਰਨਾ। ਜਦ ਕਿਤੇ ਬਾਈ ਤੇ ਅਕਾਲੀ ਬਾਬਾ ਮੰਜੇ ਤੇ ਬੈਠੇ ਯਾਦ ਆਉਂਦੇ ਆ ਤਾਂ ਸਾਹਮਣੇ ਖੂਹ ਡਵਿੱਡਾ ਚੱਲਦਾ ਦੀਂਦਾ। ਪੀਲੂ ਨੰਬਰ ਜਜ਼ਬਾਨ ਤੇ ਆਉਂਦਾ ਫਿਰ ਪੰਜਾਬ ਵੰਡਿਆ ਜਾਂਦਾ। ਬਚਦੇ ਤੋਪਾਂ ਚੜ੍ਹਦੀਆਂ। ਬਾਈ ਤੇ ਬਾਬਾ ਮਿੱਟੀ ਚੋਂ ਜੰਮੇ ਮਿੱਟੀ ਚ ਰਲਦੇ ਆ। ਪੀਲੂ ਪੁੱਛੇ ਸ਼ਹਿਰਾਂ ਨੂੰ ਕਹਿ ਵੱਲ ਗਿਆ ਜਹਾਨ। ਬਹਿ ਬਹਿ ਗਈਆਂ ਮਜਲਸਾਂ ਲੱਗ ਲੱਗ ਗਏ ਦਵਾ। ਆਉਣ ਵਾਲੀ ਪੀੜ੍ਹੀ ਨੂੰ ਕਹਿਣਾ ਇਹ ਬਾਬੇ ਨੇ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਸੁਣਿਆ ਕਰੋ ਆਪਣੀਆਂ ਕਰਿਆ ਕਰੋ। ਇਹ ਤੁਹਾਡਾ ਇਤਿਹਾਸ ਨੇ ਜਿਹੜਾ ਆਉਣ ਵਾਲੇ ਸਮੇਂ ਚ ਸ਼ਾਇਦ ਕਿਤੇ ਵੀ ਸਬੂਤਾਂ ਨਾ ਮਿਲੇ। ਜਿਉਂਦੇ ਰਹੋ ਜਵਾਨੀਆਂ ਮਾਰੋ। ਸੁਰਿੰਦਰ ਸਿੰਘ ਦਾਊ ਮਾਜਰਾ ਬਜ਼ੁਰਗਾਂ ਦੀ ਗੱਲ ਕਰ। ਦੇਵ ਸਿੱਧੂ ਮੇਰੇ ਨਾਲ ਹੈ ਜਿਹੜੇ ਕੌਂਸਲਰ ਦੀ ਚੋਣ ਲੜ ਰਹੇ ਨੇ ਐਬਸਫੋਰਡ ਦੇ ਵਿੱਚੋਂ। ਦੇਵ ਸਿੱਧੂ ਹੋਰੀ ਨਵੀਂ ਪੀੜ੍ਹੀ ਦੇ ਹਾਣੀ ਨੇ। ਦੇਵ ਸਿੱਧੂ ਨੇ ਪੜ੍ਹਾਈ ਐਬਸਫੋਰਡ ਚ ਕੀਤੀ। ਨਾਲ ਦੇ ਸਕੂਲਾਂ ਚ ਪੜ੍ਹਦੇ ਵੱਡੇ ਹੋਏ। ਸਰਕਾਰੀ ਕੰਮਾਂ ਦੇ ਵਿੱਚ ਵੱਡੇ ਅਫਸਰ ਨਾਲ ਦੇ ਮਿੱਤਰ ਨੇ ਕੰਮ ਹੱਥੀਂ ਕੀਤਾ। ਪੀੜ੍ਹੀ ਦੂਸਰੀ ਹੋ ਗਈ। ਪਹਿਲੀ ਪੀੜ੍ਹੀ ਨੇ ਸਤਿਕਾਰਯੋਗ ਦੇਵ ਸਿੱਧੂ ਦੇ ਪਿਤਾ ਜੀ ਐਨ ਡੀ ਸਿੱਧੂ ਉਹਨਾਂ ਨੇ ਪੰਜਾਬੀ ਪੱਤਰਿਕਾ ਸ਼ੁਰੂ ਕੀਤੀ। ਚਾਂਸਲਰ ਨੇ ਨਾਲ ਉਹ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ
ਜੇ ਸਿੱਧੂ ਆਪਣੀ ਕਿਸਮਤ ਅਜ਼ਮਾ ਰਿਹਾ ਬਾਕੀ ਉਮੀਦਵਾਰਾਂ ਨੂੰ। ਜੇ ਸਿੱਧੂ ਸਵਾਗਤ ਜੀ, ਸਤਿ ਸ੍ਰੀ ਅਕਾਲ ਭਾਈ ਜੀ, ਨਾਲੇ ਤੁਹਾਡੇ ਸਾਰਿਆਂ ਦੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਜੀ। ਦਿਨ ਕੱਲ ਦਾ ਗੱਬੇ ਰਹਿ ਗਿਆ, ਪਰਸੋਂ ਨੂੰ ਪੈਣੀ ਆ ਫਿਰ ਸੈਟਰਡੇ ਨੂੰ। ਹਾਂਜੀ ਬਾਈ ਜੀ, ਆਪਣੀ ਹੋਣੀ ਆ ਸਪਟੈਂਬਰ 25 ਤਰੀਕ ਨੂੰ, 8-8 ਇਹ ਫਾਈਨਲ ਡੇ ਹੈਗਾ ਹੁਣ ਆਪਣੇ ਬਾਈ ਜੀ, ਤੇ ਉਦਣੇ ਨਤੀਜੇ ਆ ਜਾਣੇ ਨੇ। ਹਾਂਜੀ, 9-10 ਵਜੇ ਆਪਾਂ ਨੂੰ ਪਤਾ ਲੱਗ ਜਾਣਾ ਕਿਵੇਂ ਆ ਕਿਵੇਂ ਨਹੀਂ, ਕਿਹੜੀ ਰਿਜ਼ਲਟ ਹੈ ਜੀ। ਅੱਛਾ, ਇਹ ਦੱਸਿਓ ਵੀ ਹੁਣ ਜਦ ਕਮਿਊਨਿਟੀ ਦੇ ਵਿੱਚ ਵਿਚਰੇ, ਕੰਪੇਨ ਬਹੁਤ ਲੰਮੀ ਹੋ ਗਈ ਇਹ, ਤੇ ਭਾਈਚਾਰਾ ਸੋਚਦਾ ਕੀ ਹੈ? ਬਾਜੀ, ਕਿਹੜੀ ਗੱਲ ਆਪਾਂ ਸੁਣਦੇ ਆ ਜਦੋਂ ਆਪਾਂ ਇਵੈਂਟ ਤੇ ਜਾਂਦੇ ਆ, ਡੋਰ ਨੋਕਿੰਗ ਕਰਦੇ ਆ, ਬੰਦਿਆਂ ਦੇ ਫੋਨ ਆਉਂਦੇ ਆ, ਸਾਰੇ ਮੇਨ ਜਿਹੜੀ ਗੱਲ ਆਪਾਂ ਨੂੰ ਆਪਾਂ ਸੁਣਦੇ ਆ ਆਪਣੇ ਆਫਿਸ ਚ ਵਿੱਚ, ਤੇ ਬਹੁਤ ਆਪਣੇ ਭਾਈਚਾਰੇ ਨੇ ਹੁਣ ਐਜੂਕੇਟਡ ਵੋਟਰਸ ਵੀ ਹੈਗੇ ਆ ਵਿੱਚ, ਤੇ ਕਿਹੜੇ ਕਹਿੰਦੇ ਆ ਤਾਂ ਬਹੁਤ ਬੰਦੇ ਫਾਲਸ ਪ੍ਰੋਮਿਸ ਦੇਈ ਜਾਂਦੇ ਆ, ਤੇ ਤੁਹਾਡੇ ਵਾਸਤੇ ਇਹ ਕਰ ਦੇਣਾ, ਤੁਹਾਡੇ ਵਾਸਤੇ ਉਹ ਕਰ ਦੇਣਾ, ਤੁਹਾਡੇ ਵਾਸਤੇ ਇਹ, ਬਹੁਤ ਬਹੁਤ ਡਿਫਰੈਂਟ ਗੱਲ ਕਰਦੇ ਆ ਹੁਣ। ਨਾਲੇ ਆਪਣੇ ਇੱਥੇ ਲੋਕਲ ਲੈਵਲ ਆਫ ਗਵਰਨਮੈਂਟ ਦੇ ਵਿੱਚ ਆਪਣੀ ਇਸ ਵਾਰੀ ਇੱਕ ਪੋਜੀਸ਼ਨ ਆ ਬਾਈ ਜੀ, ਰਾਈਟ, ਇੱਕ ਵੋਟ ਆ, 7 ਵੀ ਹੋਰ ਵੀ ਜੁਜੇ ਹੈਗੇ ਆ, ਰਾਈਟ। ਸੋ ਉਹ ਵੀ ਮੈਨੂੰ ਤਾਂ ਬਹੁਤ ਵੀ ਹੈ ਜਦੋਂ ਆਪਣੇ ਜਿਹੜੀ ਨਵੀਂ ਪੀੜ੍ਹੀ ਆਪਾਂ ਨੂੰ ਪੁੱਛਦੇ ਆ ਤੁਸੀਂ ਕੀ ਕਰਨਾ, ਟਾਊਨ ਵਾਸਤੇ ਕੀ ਕਰਨਾ, ਸਪੋਰਟਸ ਵਾਸਤੇ ਕੀ ਕਰਨਾ, ਕੀ ਤੁਸੀਂ ਕਰੋਗੇ, ਕਿਵੇਂ ਤੁਸੀਂ ਰੈਪ੍ਰੈਜੈਂਟੇਸ਼ਨ ਕਰਨੀ ਹੈ, ਤੁਹਾਡਾ ਪਿਛਲਾ ਕੀ ਹੈ, ਤੁਸੀਂ ਕਿਹੜਾ ਕੰਮ ਕੀਤਾ ਕਿਹੜਾ ਨਹੀਂ ਕੀਤਾ, ਇਹ ਤਾਂ ਬਹੁਤ ਮੈਨੂੰ ਤਾਂ ਬਹੁਤ ਚੰਗੀ ਲੱਗ, ਬਿਕੋਜ਼ ਦੀਸ ਆਰ ਇੰਗੇਜਡ ਵੋਟਰਸ, ਰਾਈਟ। ਸੋ ਇਹ ਜਾ ਕੇ ਇਹ ਵੀ ਸੋਚੂਗੇ ਜਦੋਂ ਉਹਨੇ ਵੋਟ ਪਾਉਣੀ ਆ ਆਪਣੇ 25 ਤਰੀਕ, ਬਹੁਤ ਬੰਦਿਆਂ ਨੇ ਪਹਿਲ ਵੀ ਦਿੱਤੀ ਹੈ, ਦੈਟ ਕਿਹੜੇ ਇਸ਼ੂਜ ਐਂਡ ਕਿਵੇਂ ਆਪਾਂ ਰੈਪ੍ਰੈਜੈਂਟੇਸ਼ਨ ਕਰਨੀ ਆ, ਰਾਈਟ। ਪਿਛਲੀ ਵਾਰੀ ਜਦੋਂ ਆਪਾਂ ਥੋੜੀ ਜਿਹੀ ਵੋਟ ਨਾਲ ਗੱਲ ਨਹੀਂ ਬਣੀ ਸੀ, ਆਪਾਂ ਉਹ ਕਿਹੜਾ ਆਪਾਂ ਵਾਅਦਾ ਕੀਤਾ ਸੀ ਆਪਣੇ ਭਾਈਚਾਰੇ ਵਾਸਤੇ, ਆਪਾਂ ਕੰਮ ਚਾਹੁੰਦਾ ਕੰਮ ਆਪਾਂ ਕਰਨੇ ਆ ਸਾਰਿਆਂ ਵਾਸਤੇ, ਕਿਹੜੀ ਪਾਰਕਸ ਦੀ ਹੈਗੀਆਂ ਇਸ਼ੂਜ, ਕਿਹੜੇ ਜਵਾਕਾਂ ਦੀ ਹੈਗੀਆਂ, ਉਹ ਆਪਾਂ ਕੀਤਾ ਹੋਇਆ, ਐਂਡ ਲੋਟ ਆਫ ਦੈਟ ਇਜ਼ ਕਮਿੰਗ ਅਪ ਨਾਓ। ਉਹ ਬੰਦੇ ਆ ਕੇ ਆਪਾਂ ਨੂੰ ਦੱਸਦੇ ਆ ਤੇ ਹਾਂ ਤੁਸੀਂ ਇਹ ਕੀਤਾ ਸੀ ਇਹ ਜਵਾਕ ਵਾਸਤੇ, ਇਹ ਕੀਤਾ ਸੀ ਇਹ ਬਜ਼ੁਰਗ ਵਾਸਤੇ, ਉਹ ਵੀ ਆਪਾਂ ਨੂੰ ਬਹੁਤ ਚੰਗੀ ਲੱਗਦੀ ਹੈ, ਨਾਲੇ ਮਾਣ ਦੀ ਗੱਲ ਆ ਬਾਈ ਜੀ। ਅੱਛਾ, ਕਈ ਵਾਰ ਨਾ ਵੋਟਾਂ ਦੇ ਵਿੱਚ ਅਸੀਂ ਵਿਤੋਂ ਵੱਧ ਗੱਲ ਕਰ ਲੈਂਦੇ ਹਾਂ, ਬਈ ਆਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ, ਇੱਥੋਂ ਵੀ ਕਰ ਦਿਆਂਗੇ, ਉੱਥੋਂ ਵੀ ਕਰ ਦਿਆਂਗੇ, ਕਿਉਂਕਿ ਤੁਸੀਂ 8 ਕੌਂਸਲਰਾਂ ਦੇ ਵਿੱਚੋਂ 1 ਕੌਂਸਲਰ ਹੋਣੇ ਆ। ਇਹ ਉਹ ਨਹੀਂ ਹੈ ਕਿ ਤੁਸੀਂ ਬਹੁਤ ਬਦਲ ਦਿਓਗੇ ਜਾ ਕੇ, ਬਈ ਇੰਨਾ ਛੇਤੀ ਬਈ ਆਹ ਕਰ ਦਿਆਂ, ਕਿਉਂਕਿ ਜਦ ਤੁਸੀਂ ਅੰਦਰ ਜਾਂਦੇ ਹੋ ਮੈਕੇਨਿਜ਼ਮ ਪਤਾ, ਸਿਸਟਮ ਕਿਵੇਂ ਵਰਕਆਊਟ ਹੁੰਦਾ, ਤੇ ਖਾਸਾ ਕੰਮ ਹੈ ਇਹ, ਤੇ ਵਾਕਈ ਓਨੀ ਓ ਗੱਲ ਕਰਨੀ ਚਾਹੀਦੀ ਹੈ ਤੇ ਜਿੰਨੀ ਤੁਸੀਂ ਕਰ ਸਕਦੇ, ਜਿੰਨਾ ਕੁ ਤੁਹਾਡੇ ਕੋਲ ਜ਼ੋਰ ਹੈ ਵੀ ਮੈਂ ਇੰਨੀ ਕਰ ਸਕਦਾ। ਜਿਹੜੇ ਪ੍ਰਾਇਓਰਟੀ ਦੇ ਮੁੱਦੇ ਨੇ ਭਾਈਚਾਰੇ ਨੇ ਪਿਛਲੇ 2 ਮਹੀਨਿਆਂ ਚ, ਉਹ ਕਿਹੜੀ ਗੱਲ ਵੱਧ ਕਹੀ ਹੈ ਜਿਹਦੇ ਤੇ ਉਹ ਫਿਕਰਮੰਦ ਨੇ? ਸੋ ਕਿਵੇਂ ਤੁਸੀਂ ਗੱਲ ਹੁਣ ਬਾਈ ਜੀ ਕਹਿੰਦੇ, ਇੱਕ ਤਾਂ ਇਹ ਟਰਮ ਹੈਗਾ ਸਾਲ ਦਾ ਹੀ ਹੈ, ਰਾਈਟ। ਸੋ ਜ਼ਰੂਰ ਆਪਾਂ ਕਿਹੜੇ ਦੂਜੇ ਕੌਂਸਲਰ ਨਾਲੇ ਉੱਥੇ ਮੇਅਰ ਬੈਠਾ ਆਪਾਂ ਮਾਨ ਸਰਕਾਰ ਕਰਕੇ ਨਾਲੇ ਗੱਲਾਂ ਬਾਤਾਂ ਕਰਦੀਆਂ, ਇਹ ਇਸ਼ੂਜ ਹੈਗੀਆਂ, ਇਹ ਤੁਸੀਂ ਦੇਖੋ ਆਪਣੇ ਭਾਈਚਾਰੇ ਨਾਲ ਗੱਲ ਕੀਤੀ ਹੋਈ ਹੈ, ਆਪਣਾ ਪੇਪਰ ਵੀ ਹੈਗਾ ਜਿਵੇਂ ਕਿਵੇਂ ਤੁਸੀਂ ਦੱਸਿਆ ਹੋਇਆ, ਉਹ ਬੰਦਿਆਂ ਨੂੰ ਕਿਹੜੇ ਅੱਜ ਦੇ ਕੌਂਸਲਰ ਹੈਗੇ ਆ ਆਪਣੇ ਕੋਲ, ਥੋੜੀ ਜਿਹੀ ਜਾਣ ਪਛਾਣ ਹੈਗੀ ਆ, ਉਹ ਬੰਦਿਆਂ ਨੂੰ ਪਤਾ ਆਪਾਂ ਕਿਹੜੇ ਇਸ਼ੂਜ ਮੋਰੇ ਲੈ ਕੇ ਆਉਣੇ ਮੰਗਦੇ ਹਾਂ, ਮੇਨ ਆਪਣਾ ਕਿਹੜੇ 2-3 ਇਸ਼ੂ ਹੈਗੇ ਆ ਜੀ। ਇੱਕ ਤਾਂ ਚਲੋ ਕਮਰਸ਼ਲ ਟਰੱਕ ਪਾਰਕਿੰਗ, ਆਪਣੇ ਯੂਥ ਦੇ ਕਿਹੜੇ ਗੈਂਗਸ ਇਨਵੋਲਵਮੈਂਟ ਹੈਗੇ ਆ, ਰਾਈਟ, ਹੋਰ ਵੀ ਆਪਣੇ ਬਿਲਡਿੰਗ ਪਰਮਿਟ ਦੀ ਇਸ਼ੂਜ ਹੈਗੀਆਂ, ਪਾਰਕਸ ਐਂਡ ਰੈਕ੍ਰੀਏਸ਼ਨ, ਇਹ ਮੇਨ ਇਸ਼ੂਜ ਆਪਣੇ ਜੀ, ਐਂਡ ਇਹ ਐਵਰੀ ਟਾਈਮ ਆਈ ਜਾਂਦੇ ਆਪਣੇ ਇਸ਼ੂਜ, ਬਹੁਤ ਬੰਦੇ ਕਹਿ ਕੇ ਹਾਂਜੀ ਅਸੀਂ ਇੱਦਾਂ ਕਰ ਦੇਣਾ ਉੱਦਾਂ ਕਰ ਦੇਣਾ, ਕੰਮ ਤਾਂ ਆਪਾਂ ਹਜੇ ਕੀਤਾ ਨੀ। ਸੋ ਆਪਾਂ ਇਹ ਆਵਾਜ਼ ਲੈ ਕੇ ਆਉਣਾ ਆਪਣੇ ਸਿਟੀ ਹਾਲ ਦੇ ਵਾਸਤੇ, ਨਾਲੇ ਆਪਣੇ ਨੌਜਵਾਨਾਂ ਵਾਸਤੇ, ਦੈਟ ਯੂ ਹੈਵ ਅ ਵੋਇਸ ਐਟ ਸਿਟੀ ਹਾਲ, ਜਦੋਂ ਤੁਸੀਂ ਕੁਛ ਕਰਨਾ ਆਪਣੇ ਐਪੀਸੋਡ ਚ ਵਿੱਚ, ਵੈਦਰ ਇਟਸ ਬਿਜ਼ਨਸ ਹੋਵੇ, ਸਪੋਰਟਸ ਹੋਵੇ, ਐਨੀਥਿੰਗ, ਤੁਹਾਡਾ ਹੈਗਾ ਬੰਦਾ, ਤੁਸੀਂ ਆ ਕੇ ਇਹਨੂੰ ਗੱਲ ਕਰੋ, ਆਪਾਂ ਆਰਾਮ ਮਿਲ ਕੇ ਕੰਮ ਉਹ ਬੰਦਿਆਂ ਵਾਸਤੇ ਕਰਨਾ। ਅੱਛਾ ਦੇਵ, ਇੱਕ ਗੱਲ ਜ਼ਰੂਰ ਇਹ ਦੱਸਿਓ ਕਿ ਆਉਣ ਵਾਲੀ ਪੀੜ੍ਹੀ ਤੋਂ, ਆਪਾਂ ਅਸੀਂ ਕਹਿੰਦੇ ਆਉਣ ਵਾਲੀ ਪੀੜ੍ਹੀ ਨੀ ਯਾਰ ਗੱਲ ਕਰਦੀ, ਆਉਣ ਵਾਲੀ ਪੀੜ੍ਹੀ ਅੰਗੇਜ਼ ਨੀ ਹੁੰਦੀ,
इस कैंपेन च एंगेज हुई है जी? ओह बिलकुल हुई है जी, एंगेज नहीं होंगी बाई जी, बिकॉज आप ਨਾਉਣ ਵਾਲੀ ਪੀੜ੍ਹੀ ਨਾਲ ਇਹ ਪੀੜ੍ਹੀ ਨੂੰ ਆਪਾਂ ਮੌਕਾ ਨਹੀਂ ਦਿੰਦੇ, ਰਾਈਟ? ਆਪਾਂ ਕਹਿ ਦਿੰਦੇ ਹਾਂ ਜੇ ਜਵਾਕ ਆ ਜਵਾਕ ਨੂੰ ਕੀ ਪੁੱਛਦੇ। ਬਹੁਤ ਮੈਨੂੰ ਬਹੁਤ ਯੰਗ ਬੋਇਜ਼ ਐਂਡ ਗਰਲਸ ਕੁੜੀਆਂ ਦਾ ਫੋਨ ਆਇਆ, ਕਹਿੰਦਾ ਤੁਹਾਨੂੰ ਮਿਲਣਾ, ਦੇ ਟੇਕ ਦ ਟਾਈਮ ਆਊਟ, ਆਪਾਂ ਮਿਲਦੇ ਹਾਂ ਟਾਊਨ ਚ, ਐਂਡ ਉਹ ਸਵਾਲ ਵੀ ਪੁੱਛਦੇ ਆ। ਇੱਕ ਲੇਡੀ ਕੁੜੀ ਦਾ ਫੋਨ ਆਇਆ, ਕਹਿੰਦਾ ਮੇਰਾ ਅੰਕਲ ਨੇ ਕਿਹਾ ਤੇਰੇ ਤੁਹਾਨੂੰ ਵੋਟ ਪਾਉਣੀ, but man, why should I vote for you over any candidate? What will you do for the city that has been done before? Politicians are bahut kuch kehnde hai, karde ta kuch nahi. Main kaha pote, very good gal hai, so you should hold your politicians accountable. Kehda banda run karda aaj tonu kuch kehnda kal nu badal na jave, e main gal hai, right? Jadon aapan every 3 4 saal same mudde lai aane ya ja haan ji assi karna pro council waste apan eh hun city council di ਆਪਣੀ ਚੋਣ ਹੈਗੀ ਹੈ, ਹੋਰ ਨਾ ਹੋਵੇ ਦੈਟ ਆਪਾਂ ਸਿਟੀ ਕਾਉਂਸਲ ਦੇ ਚੋਣ ਵਾਸਤੇ ਦਿਸ ਇਜ਼ ਅ ਸਟੈਪਿੰਗ ਸਟੋਨ ਇਨਟੂ ਸਮਵਨ ਐਲਸ। ਆਪਾਂ ਕਿਹੜਾ ਕੰਮ ਕਰਨਾ ਮੰਗਦੇ ਹਾਂ ਇੱਥੇ, ਚੋਣਾਂ ਚ ਕਰਦੇ ਹਾਂ ਇੱਥੇ ਸਿਟੀ ਬਿਆਬਸਫੋਰਡ, ਇਹ ਗ੍ਰਾਸ ਰੂਟਸ ਦੇ ਹੁੰਦੇ ਆ ਜੀ ਜਿਹੜੇ ਇਸ਼ੂਜ਼। ਇੱਕ ਹੋਰ ਜਿਹੜੀ ਪੁਲੀਸਿੰਗ ਤੁਹਾਡੀ ਸਿਟੀ ਪੁਲੀਸ ਹੈ, ਉਹ ਪੁਲੀਸ ਕਮਿਊਨਿਟੀ ਦੇ ਨਾਲ ਗੱਲਬਾਤ ਉਹਨਾਂ ਦਾ ਡਾਇਲੋਗ ਚੱਲਦਾ ਰਹਿੰਦਾ? ਹਾਂਜੀ ਬਾਈ ਜੀ, ਉਹ ਪੁਲਿਸ ਨਾਲ ਤਾਂ ਡਾਇਲੋਗ ਚੱਲਦਾ ਰਹਿੰਦਾ, ਪਰ ਉਹ ਆਪਾਂ ਨੂੰ ਇਨਕਰੀਸ ਕਰਨਾ ਪੈਣਾ, ਰਾਈਟ? ਐਂਡ ਨਾਟ ਦੈਟ ਦੇ ਪੁਲਿਸ ਦੈਟ ਆਪਾਂ ਦੈਟ ਦੇ ਆਰ ਅਗੇਂਸਟ ਅਸ, ਦੈਟ ਆਪਾਂ ਨੂੰ ਉਹ ਬੰਦਿਆਂ ਨਾਲ ਕੰਮ ਕਰਨਾ ਹੈ, ਐਂਡ ਕਿਹੜੇ ਸਵਾਲ ਉਹ ਪੁੱਛਦੇ ਆ ਵਿਚਰਦੇ ਆਪਣੇ ਭਾਈਚਾਰੇ ਦੇ ਨਾਲ, ਦੈਟ ਆਪਣਾ ਪਾਰਟਨਰਸ਼ਿਪ ਬਣੇ ਉਹ ਪੁਲਿਸ ਦੇ ਨਾਲ, ਬਿਕੋਜ਼ ਰਿਸੋਰਸਿਸ ਤਾਂ ਆਪਣੇ ਹੈਗੇ ਆ, ਪਰ ਆਪਣੇ ਹਜੇ ਬਹੁਤ ਬੰਦੇ ਜੱਕਦੇ ਵਰਤਦੇ ਨੀ, ਡੂ ਵੀ ਟਰੱਸਟ ਦ ਪੁਲਿਸ, ਡੂ ਵੀ ਨਾਟ ਟਰੱਸਟ ਦ ਪੁਲਿਸ? ਸੋ ਇਹ ਵੀ ਆਪਾਂ ਨੂੰ ਇਹਦੇ ਤੇ ਵੀ ਕੰਮ ਆਪਾਂ ਨੂੰ ਕਰਨਾ ਪੈਣਾ, ਦੈਟ ਜਦੋਂ ਆਪਣੇ ਭਾਈਚਾਰੇ ਚ ਕੋਈ ਇਸ਼ੂ ਹੁੰਦਾ ਆਪਾਂ ਜਾ ਸਕਦੇ ਹਾਂ ਸਿਟੀ ਹਾਲ ਨੂੰ, ਬੰਦਿਆਂ ਨਾਲ ਗੱਲ ਕਰ ਸਕਦੇ। ਮੈਂ ਵੀ ਚਾਹੁੰਦਾ ਤਾਂ ਮੈਨੂੰ ਤੁਸੀਂ ਆਪ ਹੀ ਫੋਨ ਕਰੋ, ਤੇ ਇਹ ਇਸ਼ੂਜ਼ ਆਪਣੇ ਟਾਊਨ ਚ ਆਪਣੇ ਯੂਥ ਇਹ ਚ ਹੁੰਦੇ ਆ, ਐਂਡ ਆਪਾਂ ਵੀ ਉਹਦੇ ਤੇ ਵੀ ਕੰਮ ਕਰਨਾ, ਬਿਕੋਜ਼ ਆਪਣੇ ਯੂਥ ਤਾਂ ਹੈਗਾ ਆਪਣਾ ਫਿਊਚਰ ਜੀ। ਅੱਛਾ, ਤੇ ਹੁਣ ਅਖੀਰ ਦੇ ਵਿੱਚ ਆਪਾਂ ਗੱਲ ਕੈਂਪੇਨ ਦੇ ਵਿੱਚ ਤਜਰਬਾ, ਕੈਂਪੇਨ ਸਮੂਥ ਗਈ ਜਾਂ ਉੱਠੀਆਂ ਸਿੱਧੀਆਂ ਗੱਲਾਂ ਵੀ ਹੋਈਆਂ ਜਿਹੜੀ ਪਿਛਲੇ ਦਿਨ ਆਪਾਂ ਗੱਲ ਕੀਤੀ ਉਹਦੇ ਬਾਰੇ, ਤੇ ਨਾਲ ਤੇ ਅਖੀਰਲੇ ਦਿਨ ਵੋਟਿੰਗ ਦੇ ਬਾਰੇ ਕਿ ਵੋਟ ਪਾਉਣ ਦੇ ਲਈ ਕਿਹੜੀ ਆਈ ਡੀ, ਕਿਸ ਤਰ੍ਹਾਂ, ਕਿੰਨੇ ਤੋਂ ਕਿੰਨੇ ਵਜੇ ਤੱਕ, ਕੌਣ, ਤੇ ਜੇ ਕੁਛ ਉੱਥੇ ਇਹੋ ਜਿਹਾ ਦੇਖਦੇ ਹੋ ਜਿਹੜਾ ਜਿਹੜਾ ਠੀਕ ਨੀ ਤੁਹਾਨੂੰ ਲੱਗਦਾ ਉਹਦੇ ਬਾਰੇ ਕਿਵੇਂ ਗੱਲ ਕਰਨੀ? ਜਿਵੇਂ ਇੱਕ ਇਸ਼ੂ ਆਇਆ ਸੀ ਵੀ ਦੁਭਾਸ਼ੀਏ ਦੀ ਲੋੜ ਸੀ ਉੱਥੇ ਆਪਣੀ ਜਿਹੜੀ ਟਰਾਂਸਲੇਟਰ, ਪਰ ਉਹਦੇ ਵਿੱਚ ਉਹ ਅੰਦਰ ਜਾ ਕੇ ਟਰਾਂਸਲੇਟਰ ਅੰਦਰ ਗਿਆ ਤੇ ਉਹਨੇ ਇੱਕ ਮਾਰਕ ਕਰ ਦਿੱਤਾ, ਤੇ ਤੁਸੀਂ ਮੈਨੂੰ ਘਟਨਾ ਦੱਸੀ ਸੀ, ਤੇ ਉਹਦੇ ਬਾਰੇ ਹੁਣ ਸਮਝਾਓ ਸਾਰਿਆਂ ਨੂੰ ਆਪਣੇ ਆਪਣੇ ਹੱਕ ਦੀ ਗੱਲ ਤੇ ਕੈਂਪੇਨ ਦਾ ਤਜਰਬਾ। ਬਾਈ ਜੀ, ਇਸ ਵਾਰੀ ਜਦੋਂ ਕਿਵੇਂ ਆਪਾਂ ਇੱਕ ਦੋ ਦਿਨ ਹੋਈ ਹੈ ਗੱਲ ਕੀਤੀ ਹੈ, ਪੋਲਿਟਿਕਸ ਕਿਹੜੀ ਆਪਣੀ ਇਸ ਵਾਰੀ ਹੋਈ ਆ, ਮੈਨੂੰ ਉਹਨੂੰ ਪਤਾ ਲੱਗ ਗਿਆ ਕਿਹੜੇ ਬੰਦੇ ਕਹਿੰਦੇ ਹੁੰਦੇ ਸੀ ਪੋਲਿਟਿਕਸ ਇਜ਼ ਡਰਟੀ, ਇਸ ਵਾਰੀ ਆਪਾਂ ਨੂੰ ਪਤਾ ਲੱਗ ਗਿਆ ਡਰਟੀ ਪੋਲਿਟਿਕਸ ਦੀ ਕੀ ਡੈਫੀਨੇਸ਼ਨ ਹੈ ਜੀ। ਬਹੁਤ ਬਹੁਤ ਗੱਲਾਂ ਹੋਈਆਂ ਦੈਟ ਸਟਾਰਟਿੰਗ ਤੋਂ ਜਦੋਂ ਆਪਾਂ ਅਨਾਊਂਸ ਕਰਤਾ ਸੀ ਮਾਰਚ ਦਰ ਆਪਾਂ ਇਹ ਸੀਟ ਵਾਸਤੇ ਰਨ ਕਰਨਾ ਮੰਗਦੇ ਹਾਂ, ਦੈਟ ਲੈਟਰਸ ਭੇਜਦੇ ਸੀ ਬੰਦੇ, ਪੋਸਟਰ ਲਾਈ ਜਾਂਦੇ ਸੀ, ਵੀਡੀਓ ਲਾਈ ਜਾਂਦੇ ਸੀ ਯੂਟਿਊਬ ਤੇ, ਆਪਣੇ ਆਪਣੇ ਸਾਈਨ ਵੀ ਤੋੜੀ ਜਾਂਦੇ ਸੀ, ਬਹੁਤ ਵੀਡੀਓਜ਼ ਆਪਣੇ ਕੋਲ ਹੈਗੇ ਆ ਜੀ, ਆਪਣੇ ਲੋਨ ਸਾਈਨ ਚੱਕੀ ਜਾਂਦੇ। ਹੁਣ ਦੇਖੋ ਬਾਈ ਜੀ, ਉਹ ਸਾਈਨ ਵੀ ਪਹਿਲਾਂ ਤਾਂ ਤੋੜੀ ਜਾਂਦੇ ਸੀ, ਚਲੋ ਤੋੜ ਦਿੰਦਾ ਸੀ ਬੰਦਾ, ਇਹਨੂੰ ਵੱਡੀ ਗੱਲ ਨੀ, ਆਪਾਂ ਨੰਬਰ ਲੱਕੜ ਲੈ ਕੇ ਆਪਾਂ ਫਿਕਸ ਕਰਦੇ। ਹੁਣ ਕੀ ਕਰਦੇ ਆ ਬਾਈ ਜੀ, ਉਹ ਸਾਈਨ ਹੀ ਚੱਕੀ ਜਾਂਦੇ, ਤੁਸੀਂ ਜਿਹੜੇ ਆਪਣੇ ਭਾਈਚਾਰੇ ਰਹਿੰਦੇ ਆ ਸਾਡੇ, ਸਾਈਨ ਹੀ ਲੈ ਜਾਂਦੇ ਬਾਈ ਜੀ, ਮਹਿੰਗੇ ਵੀ ਬਹੁਤ ਆ ਸਾਰਿਆਂ ਨੂੰ ਪਤਾ। ਮੈਂ ਨੀ ਕਹਿੰਦਾ, ਹੋਰ ਵੀ ਆਪਣੀ ਸਾਈਨ ਐਪੀਸੋਡ ਦੇ ਵੀ ਫੈਡਰਲ ਇਲੈਕਸ਼ਨ ਵੀ ਸੀ, ਉਹ ਵੀ ਤੋੜਤੇ। ਸਾਈਨ ਤੋੜ ਕੇ ਤਾਂ ਕੁਛ ਨੀ ਹੋਣਾ ਜੀ, ਰਾਈਟ? ਕੁਛ ਨੀ ਹੋਣਾ ਇਹਦੇ ਨਾਮ, ਆਪਾਂ ਵੀਡੀਓ ਵੀ ਕਹਿ ਲਾ ਕੇ ਕੀਤੀ ਸੀ ਫਰੋਮ ਦਾ ਬਿਗਿਨਿੰਗ, ਦੈਟ ਆਪਾਂ ਕਲੀਨ ਪੋਜ਼ਿਟਿਵ ਇਸ਼ੂ ਕਰਨੇ ਆ, ਡਿਬੇਟ ਇਸ਼ੂਸ ਦਾ ਡਿਬੇਟ ਆਪਾਂ ਐਨੀ ਟਾਈਮ ਰੈਡੀ ਆ, ਇਸ਼ੂਸ ਤਾਂ ਆਪਾਂ ਮੋਹਰੇ ਲੈ ਕੇ ਆਉਣੀ ਆ, ਭਾਈਚਾਰੇ ਵਾਸਤੇ ਕੰਮ ਕਰਨਾ, ਰਲ ਮਿਲ ਕੇ ਭਾਈਚਾਰੇ ਨੂੰ ਇਕੱਠੇ ਕਰਨ ਨੂੰ, ਜਦੋਂ ਇਹ ਜਿਹਾ ਕੰਮ ਹੁੰਦਾ ਭਾਈਚਾਰੇ ਤਾਂ ਡਿਵਾਈਡ ਹੋ ਜਾਂਦੇ ਆ,
फिर वो बंदे ने उदा किया बंदे ने मैं सारे नु क्या है आप ठंडे दिमाग में तुरना इश्यूज से गल करनी इलेक्शन 25 तरीक तो बाद अपना काउंसलर बन गए कौन बन गया आपको पता नहीं वो बाबे दे हाथ च अपनी मेहनत है मेहनत करनी केड़ा बंदा बनिया एदा बड़ी बंदा बनिया उन्नी तो भाईचारे वास्ते आप सारे ने काम करना ऐदा ना तो लगे अगर आपने जवाकों नू आप यही सिखाई जाने थोड़े नाल नहीं थोड़े इश्यू नहीं लैंदा वो तुसी थोड़े उहदे नाल नहीं अग्री करदे तुसी गलत पासे जाओ नहीं आप तो सही सिखाउणा जो अपने जवाकों वास्ते कह रहे नहीं आप नहीं वोट भी पाउणा आप यही बेनती करने जरूर जाके वोट करो बिकॉज अपनी एक एक वोट कीमती है एंड कहते हैं ये भी अपने बजुर्गों को फोन आया अंकल कहता पुत मैं सातवें से लाना सी थोड़ा ना सातवें से मुंडा उ बैठा सी गलत कही जाता सो असी भेजे बंदे दो अपने उत्थे जाके की गल हूं चेंज किया हो सारे अपने हो गए बंदे इतने ये भी गलत है भाई जी मेनू तो यह चंगी गल नहीं लगती बट चलो आप पॉजिटिव तो स्टार्ट की थी है पॉजिटिव च एंड करने Right. When they go low, we're going to go high. Simple as that. Aap mudda rakhna apna campaign. Because ehde naal apne hor vi bande judde hai. They kehnde chalo aao. Assi vi thode naal mudda na mudda la ke. Thonu thode naal aapan kaam kar de. So he aj binti apni saare nu. Positive rakhya tusi. Akhir de vich dassiyo bhi apna koi contact number te vota kithe kithe pehni. Jarur haan ji apna number mera own number hai ga ji 604. 621-1827 कोई बंदे दे कोई क्वेश्चन होवे इश्यूज दे गल करने है कुछ नहीं मैनू एनी टाइम फोन करवे नो प्रॉब्लम 16 लोकेशन अपने एवसर च हैगे जी वेस्ट च हैगे हैरी सेयर्स यूजीन राइमर फिर इत्थे डेरी फॉक्स बहुत बहुत लोकेशन है आप राइड भी दिने बंदे नू इफ राइड चाहीदी है मैं तो कहना आप बंदे भाईचारे बहुत सुख नाल अपने एवसर च हैगे है सारे जाके वोट जरूर पायो अपने सितंबर 25 तरीक है 8 to 8 दो पीस ऑफ आई डी आप चाहिए एक हो गवर्नमेंट इश्यूड अपना ना है सातवें ते हाथ जोड़ के बेनती है जी शुभ शामा थैंक यू ते जिस तरह पॉजिटिव अपना एटीट्यूड रखिया इवन बहुत कुछ होया फिर भी आप नू अपने वॉलंटियर्स नू दोस्तां मित्रां नू कुछ गलत नहीं कर दिता बिलकुल लोकां नूं सब चीज का पता है कि गलत की है ठीक की है सब उन्होंने पता शुभ शाम थैंक यू भाई सत श्री अकाल थैंक यू देव सिद्धू गलबात कर रहे सी जिन्हां दी कैंपेन दे खिलाफ ते उन्हें निजी तौर ते बहुत कुछ होया इस कैंपेन च पर फिर भी उदों जाबते च रहे किसी नूं भी गलत उन्हां ने निजी तौर ते नहीं कर दिता किने कीता उन्हां नूं खुद पता हो पर हुण किसी नूं स्पेसिफिकली आपां दोष नहीं दे सकते जद कैंपेन खत्म होगी कोई जित गया ते उस तों बाद उह गल दा प्रगटावा भी होना चाहीदा वी की गल एक बज गया जी पूरा गलबात देव सिद्धू होनी कर रहे सी देव सिद्धू उम्मीदवार ने सिटी दे विच कौंसलर दी चोन लड़ रहे ने स्पोर्ट पिछली बार कुछ 100 वोट ते हारे सी वो भी जिवें इत्थे दे जवाकां नूं बड़ा फेर बदल नहीं आउंदा कहने चल मैनू तेन सन बहुत पै गई हूं कह चलो जी थोनू पवा दने बस उथे ही कहानी हुई इथे ता जित गया जेड़ा उही सिकंदर है राजनीति दे विच एथिक्स होने जरूरी ने पर इथे जब तुहाडे तो अगे किसने लंघना है उहनू सिट के तुहाडे उपर दी लंघना अगर नहीं जे तुसी कहो भी नहीं नहीं ऐ नहीं होऊ ऐ नहीं हो बहुत औखा है आले दुआले सब तो जित दा वड्डा एक कोई भी पोलिटिकल पार्टी किते भी तुसी खड़े हो जित तां हुंदी है जे 5-7 बंदे जिहड़े ने बस आले दुआले वधिया
बस इन्ना की काम है, बड़ा बड़ा काम नहीं है, सामने वाले बंदे हो नहीं बंदे दे बस नहीं रहा, बंदा भज नठ दे विच इन्ना हो जाता उहदे बस की गल नहीं हुंदी। सामने वाले हाथ पांच सत्त आले दुआले हो फिर बंदा नहीं डोलदा, जितना हारना यह समा समा समर्थ है, उही अर्जन दे बाण उही अर्जन दे हाथ है, जिन्हें जितना है जितना, जिन्हें हारना हारना तो। पर असी एक जब कम्यूनिटी च रहना तो असी एक दूजे नाल इस लैवल ते ना आईए बई यह बस जिंदगी मौत का सवाल है, फिर एक दूजे के मत्थे लगना। दिन दो नंगे है एसएनसी लैवल एन दे दो उपरले अफसर जड़े ने जालसाजी ते धोखा धोखे दे विच चार्ज कर दिते। एसएनसी लैवल एन दे विच हुण काम नहीं करते, आरसीएमपी इन्वेस्टिगेशन कर रही है। 23 सितंबर नॉर्मन मोरेन उन्हां दा फॉर्मर वाइस प्रेजिडेंट है एसएनसी लैवल एन दा, कमल फ्रांसिस फॉर्मर वाइस प्रेजिडेंट यह एसएनसी लैवल एन इंटरनेशनल अरेस्ट किए दोने मोन्ट्रियल दे विच। जद वो रहे लैवल एन दे विच उस समय जालसाजी ते उस तो बाद साजिश जालसाजी लई धोखा धोखे की साजिश सरकार दे नाल धोखा ते उस तो बाद साजिश धोखे की करनी। फॉरन ते डोमेस्टिक करप्शन दी दे चार्जेस ने आरसीएमपी दी जेड़ी इंस्पेक्टर डेनिस बेडियोन उन्हें नेशनल डिवीजन दे नेशनल डिवीजन है आरसीएमपी दी सेंटर ते इंटरनेशनल इन्वेस्टिगेशन दी ते उन्होंने कहा भई इन्होंने नेशनली ते इंटरनेशनल उत्थे करप्शन की है ते दोने हले जेल च ने मोन्ट्रियल कोर्ट च 27 सितंबर सोमवार उन्होंने पेश होना ते नाल होर जेड़े ने रिप्रेजेंटेटिव ने एसएनसी लैवल एन दे ते एसएनसी लैवल एन इंटरनेशनल दे ते ओहो पेश होणगे। अच्छा हुण इही जे 20 तरीक तो एक दो दिन पहला किते ये किते हो जांदी इस तरह अरेस्ट कर लेंदे तां वोटां दा ही चेहरा मोहरा होर होना सी। हुण देखो यह तां पुलिस जानदी है भई उन्होंने यह 3 दिन उपर क्यों लाए जां उन्होंने चार्जेस जद रेडी होए जां फिर थोड़ा बहुता कई बार समा वेख लेंदियां जड़ियां आरसीएमपी भी के कंफ्लिक्ट ऑफ इंटरेस्ट ना आ जावे भी वोटां दे विच तुसीं इह क्यों कीता वोटां तों एक दो दिन पहलां क्यों कीता। हुण इह बंदे दो फड़िया वाइस प्रेजिडेंट इस कंपनी दे दोष लगदा कि इह रिश्वतां लै के कॉन्ट्रैक्ट लैंदी रही आ खास तौर ते लिबिया दे विच। गदाफी दे पुत नूं साद नूं इत्थे लियाए सी मोन्ट्रियल टोरंटो ते मोन्ट्रियल रखिया ते उहनूं बस छड्डे गल दिओ मिलियनस ऑफ लखां ही सॉरी 1.8 मिलियन शायद कहिंदे ने उहदे गिफ्ट ते उहनूं लिआउण दा ते इत्थे रखण दा $18 लाख खर्चा होया ते उहदे उहदे चों कमाए किन्ने इह रब जाणदा। कनेडियन कोई भी कंपनी इत्थे जां बाहरले देशां च अपने कॉन्ट्रैक्ट लैण दे लई अनएथिकल नहीं हो सकदी। एसएनसी लैवल एन ਨੂੰ ਛੱਡਣ ਲਈ ਜਸਟਿਨ ਟਰੂਡੋ ਉਹਦੇ ਤੇ ਕੀਤੇ ਚਾਰਜਸ ਲਾਇਆ ਨੂੰ ਡਿਫਰਡ ਪ੍ਰੋਸੀਕਿਊਸ਼ਨ ਦੇ ਥੱਲੇ ਤੇ ਡੀਪੀਏ ਦੇ ਥੱਲੇ ਉਸ ਸਮੇਂ ਦੀ ਆਪਣੀ ਜਸਟਿਸ ਮਿਨਿਸਟਰ ਨੂੰ ਢਿੰਗੋਜ਼ੋਰੀ ਉਹਦੇ ਨਾਲ ਕਰਦੇ ਰਹੇ ਕਿ ਇਹਨੂੰ ਛੱਡ ਇਹਨੂੰ ਡਿਫਰਡ ਪ੍ਰੋਸੀਕਿਊਸ਼ਨ ਚ ਲੈ ਕੇ ਆ। ਨੌਕਰੀਆਂ ਬਹੁਤ ਨੇ ਇਸ ਕੰਪਨੀ ਚ ਨੌਕਰੀਆਂ ਨੇ ਕੈਨੇਡੀਅਨ
पर एस एस सी लैवल ने फंड जिहड़े ने खासे दिते हुए सी। होर की गल अंदर होनी है, सारे जराल्ड बर्सोनी टेलफर्ड ते प्रीवी कौंसल दा उस समय दा क्लर्क वह कहने तेनू नहीं पता ट्रूडो जिहड़ा कुछ कहिंदा वह करके दिखाउंदा, पर वह अड़ गई। यूडी विल्सन रेबल इस बार इलेक्शन नहीं लड़ी, कोई मूव होएगी उसकी इस तरह की भी इलेक्शन राजनीति तो बाहर हो जाए वह आएगी, केड़ी पार्टी चाहती है केड़े रोल चाहती है वो कितने वापस आएगी, ता ही इस बार की चोण नहीं लड़ी है, साह देना चाहते होंगे ने। पर उसका जरा उसने एक्ट किया उस दिया गल्ला जड़िया वो हो रही भी आयरन लेडी है। हुण इह बंदे जिहड़े दो अरैसट किए ने इहदे ते की आर सी एम पी ने जान के डिले किया वे वोटां लंघ जाण, जे वोटां तो पहला इन्हां नूं फड़ लैंदे तां वोटां दे रिजल्ट बड़े अलग होने सी। इह गल जिहड़े ने राजनीति ते जिन्हां दी पकड़ आ उह अज सवेर दे कह रहे ने। एस एन सी लैवल दी ए नवी डिवेलपमेंट हुई है, पुलिस आर सी एम पी कदी इन्वेस्टिगेशन कर रही सी, ए खबर जिहड़ी है ए जिहड़ी है ओह अज एक अलग तरीके दे नाल वेखी जा रही है कि की इन्हां नूं बचाया गया, लिबरल पार्टी नूं की उन्हां दी बचत की गई कि दो तीन दिन जा फिर तीन दिन दे विच एह उस समय चार्जेस रेडी नहीं सी क्योंकि क्राउन ने सरकारी वकील ने जिहड़ी आ गल करनी है ते उस तो बाद फिर जिहड़ी अगे गल इह चलदी। तो ये खबर एक वड्डी खबर है जिस ते राजनीति की गल चल रही। अच्छा दूसरी गल एक होर करनी है, दूसरे पासे एक दिन मैं कीती सी टेनेसी डिपार्टमेंट तो एक लैके आया सी मैं जिहड़े कम्यूनिकेशन दे विच सन बीबा जी, उस दिन दी गलबात दे विच एक गल बड़ी उभर के सामने आई कि ओह मुड़ मुड़ के एक गल चल रही सी रूल तो है आ कुछ है या लिखत है या पढ़त है इस तरह करो बंदे नूं रखो तां उहदे आ चैक करो ओ चैक करो ते फिर लिखती च लाओ कैश ना लाओ चैक लाओ। उस दिन लैंडलॉर्ड जिहड़े ने जिन्हां दे घरां च इह रहिंदे है सारे किराएदार जिन्हां जिंदगी किराए तो ही असीं भी स्टार्ट कीती सारिआं ने आपां ते ओह कहिंदे ने इहदा गल्लां ने यार इह जिहड़ी चीज़ है इह नहीं आउंदी बंदा निकल नहीं रहा। वह कहे ना ना निकल नहीं रहा तो बेलफ लियाओ तीन दिन के टाइम ही बहुत लगता। पर सेम टोकन से गल यह भी हुई भी टेनेसी डिपार्टमेंट को समय ही है नहीं, पांच पांच महीने चार चार महीने लगते ने तो चार महीने पांच सत हजार डॉलर किराया अगला दिता नहीं निकलता अंदरों है नहीं। यह जी मुश्किल है इहदा हल कोई नहीं है, रौला बहुत पै रहा, लोग तंग बहुत ने, प्रॉपर्टियां दा बुरा हाल, बेसमेंटां टुट भज जांदियां ने ते बंदे निकलदे नहीं, जान वेले बुज्जा दे जांदे ने इकट्ठा करके गोला बना के प्लास्टिक दा टॉयलेट च फसा गया, इक जद ओह फलश कीती तां ओह घर च फलड पानी बाहर, लियाओ जी ओह पलंबर लियाओ जी स्नेक लियाओ जी लभो जी ते फिर ओह खर्चा एक दे के नहीं गया किराया इन्ने महीनों का। वाकई किराएदार तो मालक मकान इन्ने औखे ने जा मालक मकाना तो किराएदार औखे ने। अच्छा एविक्शन की भी गल जी नैशनल चल रही है, एविक्शन वैनकूवर के एरिए च एवरेज है जी बहुत वह जे मालक मकान जे खाली करा रहे हैं किराएदार तो वह दस साढ़े दस परसेंट है, साढ़े पांच परसेंट नैशनल रेट है, सौ चो पंजा के घर होंगे ने खाली कराए जाते इतने दसा के कराए जाते जेडे फोर्स ना भी साढ़े रिश्तेदार आ गए साढ़ा ये आ गए। उस दिन
ਇਹ ਗੱਲ ਹੋਈ ਸੀ ਉਹ ਕਹਿੰਦਾ ਰਿਸ਼ਤੇ ਰਿਸ਼ਤੇਦਾਰਾਂ ਤੋਂ ਨੀ ਤੁਸੀਂ ਕਹਿ ਕੇ ਨੀ ਛਡਾ ਸਕਦੇ ਜੇ ਉੱਥੇ ਕਿਰਾਏਦਾਰ ਰੱਖਿਆ ਤੇ ਸਿੱਧ ਹੋ ਗਿਆ ਤਾਂ ਖਾਲੀ 12 ਮਹੀਨੇ ਦਾ ਕਿਰਾਇਆ ਦੇਣਾ ਪੈਂਦਾ ਕੀ ਕਿਰਾਏਦਾਰਾਂ ਦੇ ਵੱਧ ਹੱਕ ਨੇ ਜਾਂ ਮਾਲਕ ਮਕਾਨਾਂ ਦੇ ਵੱਧ ਹੱਕ ਨੇ ਅੱਗੇ ਇਹ ਰੌਲਾ ਕਦੇ ਨੀ ਸੀ ਸੁਣਿਆ ਕਮਿਊਨਿਟੀ ਦੇ ਵਿੱਚ ਆਹ 5-4 ਸਾਲਾਂ ਤੋਂ ਇਹ ਬੜਾ ਰੇੜਕਾ ਪਿਆ ਇਹਦਾ ਕਾਰਨ ਕੀ ਹੈ 1-844-247-1550-44-247-1550 ਇਹ ਇਹ ਕਿਉਂ ਹੋ ਗਿਆ ਜਿਹੜਾ ਝਗੜਾ ਹੁਣ ਘਰ ਦੇ ਵਿੱਚ ਰਹਿੰਦਾ ਜਿਹੜਾ ਬੰਦਾ ਹੈ ਉਹ ਪਰਿਵਾਰ ਦਾ ਜੀ ਹੈ ਉਹ ਉਹਨਾਂ ਨਾਲ ਦੁੱਖ ਸੁੱਖ ਹੈ ਉਹ ਤੁਸੀਂ ਬਾਹਰ ਗਏ ਕਿਤੇ ਉਹ ਘਰ ਸਾਂਭਦਾ ਹੈ ਉਹ ਖਿਆਲ ਰੱਖਦੇ ਨੇ ਜੇ ਤੁਸੀਂ ਉਹਨੂੰ ਪਰਿਵਾਰ ਦਾ ਜੀ ਸਮਝਦੇ ਹੋ ਤੇ ਉਹ ਪਰਿਵਾਰ ਦੇ ਜੀ ਦੇ ਨਾਲ ਫਰਕ ਬਹੁਤ ਹੈ ਉੱਪਰ ਨਿਗਾਹ ਰੱਖਦਾ ਅਗਲਾ ਤੇ ਕਈਆਂ ਦਾ ਤਾਂ ਕੋਈ ਫਰਕ ਏ ਹੈ ਨੀ ਕੋਈ ਮਤਲਬ ਹੈ ਸੋਚਦੇ ਹੀ ਨੀ ਕਿ ਇਹ ਫਰਕ ਹੈ ਜੀ ਇਹ ਉਹ ਆਏ ਮੈਂ ਇਸ ਤਰ੍ਹਾਂ ਕੁਛ ਨੀ ਹੈ ਤੇ ਕੁਝ ਜਿਹੜੇ ਨੇ ਉਹਨਾਂ ਦੇ ਵਿੱਚ ਹੈ ਵੀ ਅਸੀਂ ਮਾਲਕ ਮਕਾਨ ਆ ਇਹ ਕਿਰਾਏਦਾਰ ਹੈ ਇਸ ਤਰ੍ਹਾਂ ਦਾ ਇਹ ਵਤੀਰਾ ਜਿਹੜਾ ਹੈ ਇਹ ਹੁਣ ਰੇੜਕਾ ਪਤਾ ਨੀ ਕਿੱਥੇ ਆ ਇਹਦੇ ਚ ਫਰਕ ਹੈ ਵਾਕਈ ਇੰਨੀ ਮੁਸ਼ਕਲ ਹੈ ਕਿ ਲੋਕ ਤੰਗ ਨੇ ਕਿਰਾਏਦਾਰਾਂ ਤੋਂ ਜਾਂ ਮਾਲਕ ਮਕਾਨਾਂ ਤੋਂ ਕਿਰਾਏਦਾਰ ਤੰਗ ਨੇ 5-5 ਮਹੀਨੇ 4-4 ਮਹੀਨੇ ਟੈਨਸੀ ਵਾਲਿਆਂ ਦੇ ਕੋਲ ਨੰਬਰ ਨੀ ਲੱਗਦਾ ਬੰਦਾ ਲੋਕ ਕਹਿੰਦੇ ਨੇ ਕਿਰਾਏਦਾਰ ਅੰਦਰੋਂ ਨਿਕਲਦੇ ਨੀ ਨਾ ਪੈਸੇ ਦਿੰਦੇ ਆ ਉਹ ਕਹਿੰਦੇ ਨੋਟਿਸ ਲਾਈ ਚਲੋ ਨੋਟਿਸ ਨੀ ਫੜਦੇ ਈਮੇਲ ਹੈ ਈਮੇਲ ਨੀ ਹੈ ਉਹ ਕਹਿੰਦੇ ਡਿਲੀਵਰੀ ਨੀ ਹੋਇਆ ਸਾਨੂੰ ਕਾਨੂੰਨ ਕੱਚਾ ਕੱਚੇ ਕਾਨੂੰਨ ਦੇ ਵਿੱਚ ਤੁਹਾਡੇ ਕੋਲ ਮਦਦ ਹੈ ਜੀ ਅੱਛਾ ਮਹਿੰਗਾਈ ਇੰਨੀ ਹੋ ਗਈ ਬੇਸਮੈਂਟ ਤੋਂ ਬਿਨਾਂ ਘਰ ਦੇ ਗੁਜ਼ਾਰੇ ਹੈ ਨੀ ਲੋਕ ਲਿਖ ਕੇ ਪਾਉਂਦੇ ਆ ਘਰ ਉਹ ਮਹਿੰਗਾ ਵਿਖਦਾ ਜੀ ਬੇਸਮੈਂਟਾਂ ਦਾ ਇੱਕ ਬੇਸਮੈਂਟ ਤਾਂ ਮਿਨੀਮਮ ਆ ਸਾਰੇ ਰੀਅਲਟਰ ਕਹਿੰਦੇ ਤਾਂ ਮੌਰਗੇਜ ਹੈਲਪਰ ਤਾਂ ਜ਼ਰੂਰ ਚਾਹੀਦੇ ਘਰ ਵੇਚਣ ਲਈ ਇਹ ਤਾਂ ਜਿਹਦੇ 2 ਨੇ ਲੈਂਡ ਯੂਜ ਤਾਂ ਕਈ 3-3 ਠੋਕੀ ਬੈਠਿਆ ਲੀਗਲ ਇਲੀਗਲ ਦਾ ਕੋਈ ਮਤਲਬ ਨਹੀਂ ਅੱਛਾ ਉਸ ਦਿਨ ਇਹ ਪੁੱਛਿਆ ਸੀ ਵੀ ਲੀਗਲ ਇਲੀਗਲ ਕਹਿੰਦਾ ਲੀਗਲ ਇਲੀਗਲ ਦਾ ਸਾਡੇ ਨਾਲ ਕੋਈ ਟੈਂਸੀ ਨਾਲ ਮਤਲਬ ਨਹੀਂ ਉਹ ਤੁਹਾਡੀ ਸਿਟੀ ਦੀ ਪ੍ਰੋਬਲਮ ਹੈ ਇੱਕ ਤਾਂ ਇੱਥੇ ਪ੍ਰੋਬਲਮਾਂ ਬੜੀਆਂ ਇੱਕ ਦੂਜੇ ਨਾਲ ਹੈਗੀਆਂ ਪ੍ਰੋਬਲਮਾਂ ਕਾਮਨ ਨੇ ਪਰ ਉਹ ਕਹਿੰਦੇ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਆ ਇਹ ਸਿਟੀ ਦੀ ਆ ਇਹ ਸਾਡੀ ਸੂਬੇ ਦੀ ਆ ਆਹ ਫੈਡਰਲ ਦੀ ਆ ਤੇ ਜਦ ਬਿੱਜ ਪੈਂਦੀ ਆ ਕੋਈ ਫਿਰ ਸਭ ਇਕੱਠੇ ਹੋ ਜਾਂਦੇ ਨੇ ਹੋ ਜਾਵੇ ਘਰ ਦੇ ਵਿੱਚ ਰੱਬ ਨਾ ਕਰੇ ਕਿਤੇ ਕਲੇਸ਼ ਹੋ ਗਿਆ ਫਿਰ ਅਥਾਰਟੀਆਂ ਦੇਖ ਕਿਵੇਂ ਹੁੰਦੀਆਂ ਨੇ ਇਕੱਠੀ ਲੰਬੇ ਲੰਬੇ ਬੈਗ ਗਲ ਚ ਲਮਕਾ ਕੇ ਜਾਂ ਫਿਰ ਆਉਂਦੇ ਨੇ ਸੁਨੇਹਾ ਸਿਆਣਪ ਦੇਣ ਵਾਲੇ ਪਤਾ ਫੇਰ ਲੱਗਦਾ ਸੋ ਇਹ ਜਿਹੜਾ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਮਾਲਕ ਮਕਾਨਾਂ ਦਾ ਤੇ ਕਿਰਾਏਦਾਰਾਂ ਦਾ ਝਗੜਾ ਕਿਉਂ ਹੈ ਤਜਰਬਾ ਤੁਹਾਨੂੰ ਵੀ ਹੋਊ ਤੁਸੀਂ ਮਾਲਕ ਮਕਾਨ ਵੀ ਹੋ ਕਿਰਾਏਦਾਰ ਵੀ ਇੱਕ ਧਿਰ ਦੀ ਨੇ ਦੋਨਾਂ ਦੀ ਗੱਲ ਸੁਣੀ 1-844-247-1550 ਬਹੁਤ ਹੱਡ ਬੀਤੀਆਂ ਹੋਣਗੀਆਂ ਰਘਵੀਰ ਸਿੰਘ ਸਿੱਧੂ ਜੀ ਲਾਈਨ ਨੰਬਰ 4 ਸਤਿ ਸ੍ਰੀ ਅਕਾਲ ਗੱਲ ਸਾਹਿਬ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਜੇ ਜਦੋਂ ਸੱਚ ਬੋਲਣਾ ਫਿਰ ਪਰਵਾਹ ਨੀ ਕਰਦੇ ਕਿਸੇ ਦੀ ਫਿਰ ਬੋਲ ਹੀ ਦੇਣਾ ਧੰਨਵਾਦ ਜੀ ਤੇ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ ਸੁਣ ਕੇ ਮੇਰਾ ਗਿੱਲ ਸਾਹਿਬ ਤਜਰਬਾ ਇੱਥੇ ਮੈਂ 2016 ਚ ਆਇਆ ਸੀ ਤੇ ਕਿਰਾਏ ਤੇ ਚੌਥੀ ਜਗ੍ਹਾ ਤੇ ਅੱਜ ਮੈਂ ਨਾ ਰਹਿ ਰਿਹਾ ਤਾਂ ਮੈਨੂੰ ਇਹ ਲੱਗਿਆ ਮੇਨ ਵੀ ਜਿਹੜੇ ਰਹਿੰਦੇ ਆ ਨਾ ਕਿਰਾਏ ਤੇ ਅਗਲੇ ਕਈ ਵਾਰੀ ਸਿਕਿਉਰਿਟੀ ਲੈਂਦੇ ਆ ਮਾਲਕ ਕਈ ਵਾਰੀ ਨਹੀਂ ਲੈਂਦੇ ਤੇ ਜ਼ਿਆਦਾਤਰ ਇਹ ਹੁੰਦਾ ਵੀ ਜਿਹੜਾ ਬੰਦਾ ਕਿਰਾਏ ਤੇ ਰਹਿੰਦਾ ਆ ਕੇ ਉਹ ਮਤਲਬ ਖਰਾਬ ਕਰਕੇ ਜਾਂਦਾ ਮੇਰੇ ਹਿਸਾਬ ਨਾਲ ਪਰ ਮੈਂ ਚੌਥੀ ਥਾਂ ਤੇ ਰਹਿੰਦਾ ਤੇ ਸਾਡਾ ਜਿਵੇਂ ਸ਼ੁਰੂ ਤੋਂ ਹੀ ਪਿੱਛੋਂ ਕਹਿ ਲਓ ਪਿਓ ਦਾਦੇ ਵੱਲੋਂ ਹੀ ਸੀ ਬੇਟਾ ਜਿੱਥੇ ਖਾਣਾ ਪੀਣਾ ਭਾਂਡਾ ਸਾਫ਼ ਘਰ ਸਾਫ਼ ਹੈ ਸਫਾਈ ਦਾ ਸਾਨੂੰ ਸ਼ੌਂਕ ਹੈ ਤੇ ਅਸੀਂ ਵੈਰੀ ਗੁੱਡ ਕਦੇ ਵੀ ਕੰਪਲੇਂਟ ਨੀ ਆਉਣ ਦਿੱਤੀ ਵੀ ਸਫਾਈ ਇੰਨੀ ਜੇ ਕੋਈ ਪੁੱਛਦਾ ਸੀ ਕਹਿੰਦੇ ਦੇਖੋ ਆਪ ਕਹਿ ਦਿੰਦੇ ਭਾਵੇਂ ਲਿਖ ਕੇ ਲੋ ਜੇ ਤੁਸੀਂ ਚੈੱਕ ਕਰ ਲਿਓ ਜੇ ਸਫਾਈ ਨਾ ਹੋਈ ਕੋਈ ਪ੍ਰੋਬਲਮ ਆਈ ਤੇ ਸਾਨੂੰ ਕਹਿ ਦਿਓ ਅਸੀਂ ਚਲੇ ਜਾਵਾਂਗੇ ਮੇਰੇ ਹਿਸਾਬ ਨਾਲ ਜ਼ਿਆਦਾ ਕਸੂਰ ਜਿਹੜੇ ਕਿਰਾਏ ਤੇ ਰਹਿੰਦੇ ਉਹਨਾਂ ਦਾ ਦੂਜੇ ਪਾਸੇ
जिम्मे तुम कहने होंगे भी वो एक्सरे करते है भी जो हम तुम मैं ये गल कह दिना हूं जी मैं इतने रखूंगा पर प्लीज एक्सरे ना करो है ना कि एवं ना देखी रुकी जाए भी कौन आ कौन जाता है मैं कह भी दिना जो कवे सॉरी प्लीज तुम ये नहीं करनी गल चंगा नहीं लगता आवाज करी जाने तुम मे भी पर मेरे हिसाब ना मैं किराएदार हाँ जिन्ना क मेरा एक्सपीरियंस है इतने पिंडा के वो यही है भी मालक का कसूर है होगा जिते कोई तुम दसते होने एक्सरे करने वाला तो होगा पर ज्यादा तो जेडे गंद पा के जाते उन्होंने ही थैंक यू साहब सत श्रीकाल जी धन्यवाद जी थैंक अच्छा आस्ट्रेलिया दे विच अज लौंग वीकेंड है विक्टोरिया सूबे च पिंदर बराड होनी उत्थे कहिंदे अज जाग आ गई अज फिर लाइव सुन रहे हैं नहीं रात नूं सुनदे हुंदे आ कम तो आके सर गुरमेल सिंह लाइन नंबर टू ਹਾਂ ਦਿਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਬੜਾ ਪ੍ਰੋਬਲਮ ਆ ਜੀ ਉਹ ਇੱਥੇ ਸਾਡੇ ਕੋਲ ਲੈਵਲ ਵਿੱਚ ਘਰ ਸੀਗਾ ਉਹ ਗੋਰਾ ਤੇ ਗੋਰੀ ਰਹਿੰਦੀ ਸੀ ਉਹਦੀ ਫਰੈਂਡ ਜੀ ਸੀ ਜਦੋਂ ਭੱਜ ਗਈ ਤੇ ਖੈਰ ਕਿਰਾਇਆ ਜਦੋਂ ਹਟ ਗਿਆ ਉਹ ਜੀ ਅੱਛਾ ਉਹ ਅਸੀਂ ਤਿੰਨ ਕੁ ਮਹੀਨੇ ਵੇਟ ਕੀਤੀ ਕਿ ਲੜਕੇ ਵਾਲਾ ਕੋਲ ਅੱਗੇ ਉਹਨਾਂ ਨੇ ਦੋ ਮਹੀਨੇ ਦੀ ਤਰੀਕ ਦੇ ਦਿੱਤੀ ਤੇ ਮੁੜ ਕੇ ਕਰਦੇ ਕਰਾਉਂਦੇ ਜੀ खरगोश रखे हुए बारह सौ डालर चकाई आला नहीं दिता जरा 3200 सी कुछ नहीं दिता किसी ने कुछ नहीं दबाया कहते कोर्ट केस कर लो दुखी होंगे ने घर बेचता जी अभी फिर की गल बनी जी ए जड़ा समझ नहीं आउंदी भी इशू कि मैं जिथे तुसी रहना है वह तो घर होवे चाहे किराए की जगह होवे घर वो तो साफ रखना तो साडा फर्ज ही है अच्छा 20 वरे पहला ना जद 97-98 मैं आया उस समय किराएदार जेडे वालों बहुत घट तंगी होंगे मालिक मकान नस जेडे नक बुल बहुत मारते उस समय एक तो प्रॉपर्टी आला बहुत वह कहते जवाक उन्होंने छोटे जवाक न खेल प्रॉपर्टी है साड़ी साड़े चो लांच भोरा जवाक ने खेल लेना आह साड़ी छाला मारने वाली टैंपो लेंदे नेड़े ना जाए जवाक थोड़ा जी सट ला गई जिम्मे बाहर बत्तियां बंद करो आ झीत जी बंद करो बेसमेंट से खिड़की एक दिन कुंडा जहा खोलना जिम्मे जेल का कुंडा खोलना कपड़े धो लो पर ड्रायर ना वरते हो ए धो लो ओ बाद लमकाने किथे ने किथे साफ किथे सुकाने ने देख लो फिर तुम देख लो जिम्मे मर्जी सुका लो अंदर अंदर हीट लग के ठंड के हीट ऑन करके तो अगले सुखा लेंगे पर उथे नहीं बहुत बड़ा मन च बहम से भी पता नहीं है ड्रायर किन्नी क जिहड़ी है वह भाफ के नाल किन्नी क हीट यह किन्ना क खर्चा करे 400 डॉलर एक बेडरूम की बेसमेंट मिलती जद 400 ते 500 बस इना ही काम से एक तो दो बेडरूम दो बेडरूम 500 डॉलर से एक 400 जवाक जूक पहले टब्बर नहीं पुछते किन्ने रहने एक च हूं किन्ने एक बेडरूम च दो जी रहे जवाक हो दो च चार रह जाएंगे बस गड्डी मूव का बड़ा रौला पैंदा सियाने तो पा के लुक लक रख लें मित्रा इत्थे तुसी ला दिओ ना असीं थोनू कहना ना तुसी लाओ ना लाओ यह खाली है थोड़ी जगह गेड़ा कढ़दे कई बार जिमें हथ ने घोड़िया आले दुआले गेड़ा कढ़ दिंदा मैं देखिया आके मैं रहा रात नूं उन्हें नहा नू के आके ना ला के गारा गूरा गर्म पानी ला पा के ते सरों का तेल ला के सवार के सुन्नी च ते नक च फिर उन्हें ला के हाड़ा एक गेड़ा देना ऐन सरों का तेल दिखदा नल तो उन्हें अंदर बढ़ना आके होर भाई किवें आ ठीक ठाक अंदर बह के उन्हें निगाह रखनी अंदर नूं की तड़का लगता है ते की कहानी है कपड़ा लत्ता कित्थे कि पिया
ਆ ਵਿੰਡੋ ਬੰਦ ਰੱਖਿਆ ਕਰੋ, ਇੱਥੇ ਵਿੰਡੋ ਚ ਸੱਪ ਆ ਸ਼ੁਰੂ ਚ ਹੋਵੇ ਤੂੰ ਕਿਆ ਕਰੇ, ਇੱਥੇ ਦੀ ਸੱਪ ਆਵੜਨ, ਕਈ ਵਾਰ ਇਹ ਦੇਸ਼ ਚ ਸੱਪ ਬਹੁਤ ਨੇ, ਜਮਾ ਹੀ ਗੰਨੇ ਘੜ ਬੰਦਾ ਤੇ ਅਕਲ ਦਵੇ ਉਹ। ਉਹ ਮੈਂ ਕਿਹਾ ਜਾ ਬਾਈ ਗੱਲ ਕਰ ਯਾਰ, ਕੋਈ ਸਿਆਣੀ ਗੱਲ ਕਰਿਆ ਕਰ। ਆਥਣੇ ਉਹਨੇ ਫੇਰ ਆਉਣਾ ਖੇਡਣ। ਅੱਛਾ ਕਈ ਕਈ ਵਾਰ ਉਹਨੇ ਘਰ ਵਾਲੀ ਦੀਆਂ ਚੁਗਲੀਆਂ ਵੀ ਕਰਨੀਆਂ, ਫਿਰ ਉਹ ਵੀ ਸੁਣਨੀਆਂ ਉਹਦੀਆਂ। ਕਰੈਕਟਰ ਉਹ ਮੇਰੇ ਯਾਦ ਆਵੇ, ਇੱਕ ਦਿਨ ਉਹਦੀ ਕਹਾਣੀ ਬਣਾ ਕੇ ਸੁਣਾਉਣੀ ਆ, ਤੋਂ ਮੈਂ ਉਹਦਾ ਪਾਤਰ ਨਾਲ ਬਣਨਾ, ਉਹਨੂੰ ਵਿਲਨ ਬਣਾਉਣਾ। ਕਿਰਾਇਆ ਮੈਂ ਉਹ ਆਪਣੀ ਬੇਸਮੈਂਟ ਦੀ ਉਹ ਕਹਾਣੀ ਬਣਾਉਣੀ ਆ ਸਾਰੀ, ਇੱਕ ਦਿਨ ਸੁਣਾਉਣੀ ਆ ਤੁਹਾਨੂੰ, ਮੇਰੇ ਯਾਦ ਆ ਪੂਰੀ ਕੱਲੀ ਕੱਲੀ ਚੀਜ਼। ਤੇ ਉਹਨੇ ਕਹਿਣਾ ਛੱਡ ਆਹ ਤੂੰ ਟੈਕਸੀ ਟੁਕਸੀ ਕਿਉਂ ਚਲਾਉਣੀ ਫਿਰਦਾ, ਤੂੰ ਸਾਡੇ ਨਾਲ ਲੱਗ, ਵੈਨ ਚ ਬੈਠਿਆ ਕਰ ਸਾਡੇ ਨਾਲ, ਤੈਨੂੰ ਪਤਾ ਕਿੰਨੇ ਪੈਸੇ ਕਮਾਉਂਦੇ ਆ ਅਸੀਂ। ਬਹੁਤ ਮਤਾਂ ਨਵੇਂ ਬੰਦੇ ਨੂੰ ਬਹੁਤ ਮਤਾਂ ਦਿੰਦੇ ਨੇ, ਪੀ ਐਚ ਡੀ ਕਰਾਉਂਦੇ। ਸ਼ਾਹਜੀਤ ਸਿੰਘ ਜੀ ਲਾਈਨ ਨੰਬਰ 2 ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਕਈਆਂ ਦਾ ਸਮਾਗਮ ਵੀ ਏਦਾਂ ਦਾ ਹੁੰਦਾ ਆ ਭਾਈ, ਮੈਂ ਨਾ ਜੀ 5-7 ਸਾਲ ਹੋ ਗਏ ਆ ਬੇਸਮੈਂਟ ਲਈ ਸੀ, ਆਪਣੇ ਸਿੰਘ ਸਭਾ ਗੁਰਦੁਆਰੇ ਦੇ ਮੂਹਰੇ ਘਰ ਆਓ। ਅੱਛਾ ਜੀ। ਤੇ ਅਸੀਂ ਉੱਥੇ 2-3 ਸਾਲ ਰਹੇ, 4 ਸਾਲ ਜੀ। ਤੇ ਅਸੀਂ ਫਿਰ ਇੱਧਰ ਨੂੰ ਮੂਵ ਹੋਣਾ ਸੀ, ਅਸੀਂ ਆਖਿਆ ਵੀ ਅਸੀਂ ਮੂਵ ਹੋ ਜਾਣਾ। ਉਹਦੇ ਮਨ ਦੇ ਵਿੱਚ ਆਪਦੇ ਜਾਣੇ, ਉਹ ਸਾਨੂੰ ਨਾ ਛੱਡਣਾ ਨਹੀਂ ਚਾਹੁੰਦਾ ਵੀ ਵਧੀਆ ਰਹਿੰਦੇ ਆ, ਤੇ ਚੱਲ ਵੀ ਇਹ ਨਾ ਹੀ ਮੂਵ ਹੋਣਾ। ਅਸੀਂ ਆਖਿਆ ਵੀ ਸਾਡੀ ਮਜਬੂਰੀ ਆ ਵੀ ਅਸੀਂ ਇੰਡੀਆ ਨੂੰ ਜਾਣਾ ਆ। ਤੇ ਉਹ ਜੀ ਜਦੋਂ ਅਸੀਂ ਛੱਡਣ ਲੱਗੇ ਨਾ ਬੇਸਮੈਂਟ, ਹੈਲੋ, ਅਸੀਂ ਜਦੋਂ ਬੇਸਮੈਂਟ ਛੱਡਣ ਲੱਗੇ ਨਾ ਤੇ ਅਸੀਂ ਉਹ ਸਮਾਨ ਸਮੂਨ ਆਪਦਾ ਚੁੱਕ ਲਿਆ, ਜਾਂਦਾ ਚੰਗੀ ਤਰ੍ਹਾਂ ਕੰਮ ਆਖਿਆ ਜੀ ਸਾਫ਼ ਕਰ ਦਿੰਦੇ ਆ। $350 ਡਿਪੋਜ਼ਿਟ ਦਿੱਤਾ ਸੀ ਤੇ ਜਦੋਂ ਅਸੀਂ ਸਾਫ਼ ਕਰਤੀ, ਦੋ ਹਸਬੈਂਡ ਵਾਈਫ ਨੇ ਇੰਨੀ ਵਧੀਆ ਸਾਫ਼ ਕੀਤੀ ਨਾ, ਤੁਸੀਂ ਗੱਲ ਛੱਡ ਦੇ ਲਸ਼ਕਾ। ਅਸੀਂ ਉੱਤੋਂ ਵਾਈਫ ਨੂੰ ਫੋਨ ਕੀਤਾ ਭਾਈ ਅਸੀਂ ਭਾਈ ਸਾਫ਼ ਕਰ ਦਿੱਤੀ ਆ, ਤੇ ਆਣ ਕੇ ਚੈੱਕ ਕਰਕੇ ਤੇ ਆਪਦਾ ਦੇਖ ਲਓ, ਜੇ ਕੋਈ ਗਲਤੀ ਆ ਤੇ ਦੱਸ ਸਕਦੇ ਆ ਤੁਸੀਂ। ਉਹ ਜੀ ਉੱਤੋਂ ਉੱਪਰੋਂ ਆਈ ਤੇ ਵੇਖ ਕੇ ਜਾਂਦੀ ਵੀ ਬਹੁਤ ਠੀਕ ਵਧੀਆ ਤੁਸੀਂ ਸਾਫ਼ ਕਰਤੀ ਆ। ਉਹ ਬਾਅਦ ਦੇ ਵਿੱਚ ਉਹਦਾ ਹਸਬੈਂਡ ਆਇਆ, ਉਹ ਦੋਵੇਂ ਜੀ ਹੈਗੇ ਆ, ਉਹਨਾਂ ਦਾ ਜਵਾਕ ਤਾਂ ਕੋਈ ਹੈ ਨੀ, ਤੇ ਉਹ ਹਸਬੈਂਡ ਕੰਮ ਤੋਂ ਆਇਆ ਤੇ ਮੈਂ ਆਖਿਆ ਵੀ ਤੁਸੀਂ ਵੇਖ ਲਓ ਜੀ, ਮੈਂ ਕਿਹਾ ਵਾਈਫ ਤੁਹਾਡੀ ਨੇ ਜੈਸ ਕਰ ਦਿੱਤੀ ਆ। ਤੇ ਉਹਨੇ ਆਣ ਕੇ ਵੇਖ ਕੇ ਕਹਿੰਦਾ ਨਹੀਂ ਜੀ ਮੈਨੂੰ ਨੀ ਇਹ ਪਸੰਦ ਆਉਂਦਾ, ਤੁਸੀਂ ਕਲੀਨ ਨੀ ਵਧੀਆ ਕੀਤੀ, $350 ਰੱਖ ਗਿਆ ਸਾਨੂੰ ਦਿੱਤਾ ਹੀ ਨੀ, ਆਂਦਾ ਮੈਂ ਨੀ ਪੈਸੇ ਦੇਣੇ ਤੁਹਾਡੇ, ਆਂਦਾ ਤੁਸੀਂ ਵਧੀਆ ਕਲੀਨ ਨੀ ਕੀਤਾ। ਮੈਂ ਕਿਹਾ ਵਾਈਫ ਤੇਰੀ ਤੇ ਜੇ ਘੰਟਾ ਹੋ ਗਿਆ ਆਈ ਤੇ ਉਹਨੂੰ ਵੀ ਬਹੁਤ ਸੋਹਣਾ ਤੁਸੀਂ ਕਰ ਦਿੱਤਾ ਵਧੀਆ ਆ, ਤੇ ਆਪੇ ਰੱਟੇ ਤੇ ਰੋਲੇ ਤੇ ਪੈਣੀ ਆ ਜੀ ਜਦੋਂ ਇਸ ਤਰ੍ਹਾਂ ਘਰਾਂ ਵੀ ਕਈ ਤਰ੍ਹਾਂ ਕਰਦੇ ਆ, ਜਿਹੜਾ ਕੀ $350 ਆ, ਦੋਵੇਂ ਜੀ ਹੈਗੇ ਆ, ਨਾ ਕੋਈ ਕੁੜੀ ਤੇ ਨਾ ਕੋਈ ਮੁੰਡਾ। ਅੱਛਾ ਅਸੀਂ ਸਾਊ ਬੰਦੇ ਹੋ ਤੁਸੀਂ, ਜਿਹੜਾ ਜਿਹੜੇ ਵਿਗੜੇ ਹੁੰਦੇ ਆ ਉਹ ਆਖਰੀ ਮਹੀਨੇ ਦੇ ਵਿੱਚ ਉਹ ਕਹਿੰਦੇ ਨੇ $350 ਪਹਿਲਾਂ ਆ, ਬਾਕੀ ਲਓ 500-800 ਪੂਰਾ ਹੋਇਆ ਜਿਹੜਾ ਦੇਣਾ ਸੀ। ਸਾਊ ਬੰਦਿਆਂ ਨੇ ਜਿਹਨਾਂ ਨੇ ਸਾਫ਼ ਕਰਕੇ ਬੇਸਮੈਂਟ ਦਿੱਤੀ, ਦੋ ਬੰਦੇ ਰਹਿੰਦੇ ਆ ਤੇ ਉਹ ਸਿਆਣੇ ਬੰਦੇ ਆ, ਜਵਾਕ ਕੋਈ ਨੀ, ਉਹਨਾਂ ਦਾ ਵੀ ਸਾਡੇ। ਅੱਛਾ ਕੀ ਆਂਦੇ ਭਾਊ ਜੀ ਵੀ ਰੱਖਿਆ ਕਿਉਂ $350? ਉਹ ਆਂਦੇ ਕਿਸੇ ਕਲੀਨ ਨੀ ਚੰਗੀ ਤਰ੍ਹਾਂ ਕੀਤਾ ਤੇ ਅਸੀਂ ਉਹ $350 ਰੱਖ ਲੈਣਾ ਤੁਹਾਡਾ। $350 ਨਾਲ ਕੀ ਹੋ ਜਾਣਾ ਇੱਥੇ, ਉਹ ਮੈਨੇ $350 ਤੇ ਪਰ ਰੱਬ ਨੇ ਨੀਤ ਨੂੰ ਸਭ ਕੁਝ ਦਿੱਤਾ, ਫਿਰ ਦੋਨੇ ਜਾਣੇ ਹੈਗੇ ਆ ਤੇ ਹੋਰ ਇਹੋ ਹੀ ਆਖਣਾ ਫਿਰ ਗੁੱਸੇ ਦੇ ਵਿੱਚ ਹੋਰ ਕੀ। ਇਹਦੇ ਲਈ ਇਕੱਠੇ ਕਰਨੇ ਆ। ਸਾਹ ਅਮਰੀਕ ਸਿੰਘ ਜੀ ਲਾਈਨ ਨੰਬਰ 4। ਹੈਲੋ, ਸਤਿ ਸ੍ਰੀ ਅਕਾਲ ਭਾਜੀ ਜੀ। ਸਤਿ ਸ੍ਰੀ ਅਕਾਲ ਭਾਜੀ, ਹੱਥ ਨੂੰ ਹੱਥ ਹੈ ਜੀ, ਜਿਹੜੇ ਤਾਂ ਬੰਦੇ ਇਹਨਾਂ ਨੂੰ ਦਿਨ ਆਪਣੇ ਭੁੱਲ ਜਾਂਦੇ, ਜਦੋਂ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ ਉਹ ਤਾਂ ਫਿਰ ਜੀ ਬਹੁਤ ਨੱਕ ਚੱਕ ਚੱਕ ਕੇ ਗੱਲਾਂ ਕਰਦੇ ਆ, ਹਨਾ।
मैं दसदा जी मैं दो बेसमेंटा च रहा पहली बेसमेंट आए तो हूं भी जो इदा मिलेंगे अभी भजे इदा जाइए जिदा जो कि मॉल च मिलिए स्टोर च मिलिए मतलब जिदा कि कोई बिछड़े हुए रिश्तेदार मिल पे होंगे है ना वो भी साढ़े वाले भजे आऊंगे असं भी उन्होंने वाले भजे आऊंगे उस तो बाद जी असी बेसमेंट दूजी च रहे वह बंदा पहले ओनर वधिया सीगे घर सेल कर गए जो दूजा हरेक बार पचास डालर जो होर जो मैं घर बहुत महंगा लिया चलो पता नहीं हजे ताजा ताजा मकान मालिक बने इन बच्चे है ना वधिया जी मतलब के वो फैमिली रेंदे कदे असीं उन्होंने कहा कपड़े केड़े दिन पाने ड्रायर केड़े दिन करना रोटी पानी का भी देखना होंगे जो कपड़े सुकाने ते लगे रहे तो फिर ना बाकी जो किसी ने माड़ी गल नहीं होंगी ना अपने बच्चों वाल देखा कदों इन्हों का भी बी यह टाइम आना है इन्होंने भी स्ट्रगल करनी इन्होंने भी पढ़ना गा इन्होंने भी शायद हो सकता है होर प्रोविंस जाके रेंट से देना पवे तो इस करके ये अपना फ्यूचर सोच के किसी नाल बिहेव करो यो किद्दां दा आ ते सारे मकान मालिक नहीं माड़े हैगे सारे किराएदार नहीं माड़े हैगे किराए ते रहना हरेक नूं रहना पैंदा ही है अपना पास्ट नूं भुल्लिया करो कदे भी चाहे पंज घर बन जाण चाहे छे घर बन जाण वधिया चंगी तरह फैमिली रिलेशन वांग रहा करो थैंक यू जी धन्नवाद जी गल फर्क किहड़ा यार इक जगह तों आया प्यार एक आ जिहड़ा डैमेज डिपोजिट है ना इहदे विच बहुत पुंडी लाउंदे आ जिवें ना आ वड्डे डिवेलपर ने जिहड़े सारे नी ओह डिपोजिट जिहा जिहड़ा 5,000 7,000 रुपये रख लगे हुंदा सी आ तूं कर भन्नता तूं इत्थे ट्री नी लाए जे 50 लाख ने 10,000 दब लिया तां 5 लाख हो गया चल गां राह ही नहीं देना तुसीं कर भन्न गए इत्थों तैं दरख्त नहीं लाए इत्थे तूं आ नहीं कीता तूं ओह नहीं कीता लाइन ते लाउणा ही नहीं। जगमेल सिंह जी लाइन नंबर 5 खालसा वाहिगुरु जी की फतेह। वाहिगुरु जी का खालसा वाहिगुरु जी की फतेह जी। ਉਹ ਕਿਸੇ ਕਿਸੇ ਤੋਂ ਆ ਗੱਲ ਸੁਣੀ ਪਰ ਅੱਜ ਬੜੀ ਦਿਲਚਸਪ ਕਹਾਣੀ ਸੁਣਾਈ ਤੁਸੀਂ ਦਿਲਚਸਪ ਤਾਂ ਮੈਂ ਪਹਿਲਾਂ ਮੈਨੇ ਉਹ ਦੱਸੋ ਬਈ ਉਹ ਸਿੱਖ ਸੀਗਾ ਮਕਾਨ ਮਾਲਕ ਫੇਰ ਮੈਂ ਗੱਲ ਕਰੂੰ ਹੋਰ ਮੈਂ ਕਿਤੇ ਗੁਜਰਾਤੀਆਂ ਦੇ ਰਹਿੰਦਾ ਸੀ ਜੀ ਮੈਂ ਤੁਹਾਨੂੰ ਦੱਸਦਾ ਜਾਣਾ ਕਈ ਵਾਰੀ ਹੁੰਦਾ ਨਾ ਇਹ ਮੈਨੂੰ ਨਹੀਂ ਨਾ ਪਤਾ ਕਿ ਤੁਸੀਂ ਲੇਟ ਲਾਇਆ ਸੀ ਮੈਂ ਜਾਣਾ ਵੀ ਹਾੜਾ ਲਾ ਕੇ ਗੁਜਰਾਤੀ ਹਾੜਾ ਲਾ ਕੇ ਕਿੱਥੇ ਵੜ ਜੂ ਅੰਦਰ ਮੇਰੇ अच्छा चलो खैर ठीक है चोपड़ के पहली गल सिख हो तो लड़ूगा भी जरूर एक दूजा गुरुद्वारे जांदा सी कि जांदा नहीं क्योंकि गुरुद्वारा साहब तो की सिख के आंदे आ लोग लड़ाई सिख के आंदे आ जां उत्थे सरबत दा भला जां निमकी गुरु साहब ने सानू जिहड़ी सिक्ख्या दित्ती है इहदा मतलब सिख तां है ही बड़े घट फिर क्योंकि मेरा एक्सपीरियंस है पर तुसी जिहड़ा दस्या पर उन्हां लोकां नूं जिहड़े को मालक ने सरदारी ओह है जिहदे को पैसे भी धन भी गुरु साहब ने दिता होवे ते हर चीज दिती होवे पर उहदे को निमकी बहुत जरूरी है उहदे को प्यार बहुत जरूरी है उह गल इही जी करे कि उह उहनूं मुड़ के एक वारी जिहड़ा गल कर गया भुल्ले ना भई हां भई असीं किसे सिंघ सरदार नाल गल कीती सी फिर आ सवाद पर थोड़ा तजर्बे के मुताबिक तुसी सुनाया बहुत अच्छा किया क्योंकि वो लोग कोई उन्हां चो भी सुनदा उन्हां कन्न हो जाणगे बई गाहां नूं शायद सुधर जा शायद शायद आई गल है थैंक यू धन्नवाद जी। सुखी लाइन नंबर 2 तुसी एयर ते हो। सत श्री अकाल साहब जी। सत श्री अकाल। हाँ जी देखो गिल साहब तुसी गल कीती सी ना वी अपने शुरू दे विच अधिकार कितको ज्यादा हैगे आ सो उह देखिया जावे अपने हुण पिछले कई सालां तों अधिकार ते ज्यादा अपने जिहड़े टेनेंसी डिपार्टमेंट ने कर लिते हैगे आ टेनेंट दे हक दे विच राइट उह पिछे कोविड ने विच किन्ना अपने लोकां ने उहदा फायदा चक्किया ते उह इसे करके जदों अधिकार उहनां दे कोल ज्यादा आ गया तां फिर उह अपनी मर्जी कर सकदे आ जिदा हुण अपने पिछले कह गया तुहाडे कॉलर भी उह बंदे नूं 350 रख लिया
ਹੁਣ ਜੇ ਉੱਥੇ ਉਹ ਥੋੜਾ ਜਿਹਾ ਕਰਦੇ ਤੇ ਇੱਕ ਮਹੀਨਾ ਭਾਵੇਂ ਉਹਦੇ ਨਾਲ ਰਹਿ ਲੈਂਦੇ, ਉਹ ਕੋਈ ਨਾਲੇ $350 ਨਿਕਲ ਜਾਣਾ ਸੀ ਉਹਨੂੰ, ਕਹੇ ਭਾਈ ਜਾ ਤੂੰ ਕਰਨਾ ਕਰ ਲਾ, ਉਦੋਂ ਅਗਲੇ ਮਹੀਨੇ ਮੂੰਹ ਹੋ ਜਾਂਦੇ ਜੀ ਅਗਲੇ ਨੂੰ ਆਪਾਂ ਸਭ ਕੀ ਦੇਣਾ ਹੈਗਾ। ਸੋ ਏਦਾਂ ਦੀਆਂ ਕਈ ਗੱਲਾਂ ਹੈਗੀਆਂ। ਸੋ ਇਹ ਆਪਾਂ ਨੂੰ ਦੇਖੋ ਆਪ ਦੇਖਣਾ ਚਾਹੀਦਾ ਵੀ ਆਪਾਂ ਰੈਂਟਲ ਕਿੱਦਾਂ ਦੇ ਰੱਖਣੇ। ਤੁਸੀਂ ਉਹਨਾਂ ਦਾ ਹਮੇਸ਼ਾ ਉਹਨਾਂ ਦੀ ਪੇਰੋਲ ਵੀ ਤੁਸੀਂ ਚੈੱਕ ਕਰ ਸਕਦਾ ਲੀਗਲ ਤੌਰ ਤੇ, ਉਹਨਾਂ ਦਾ ਆਪਣੇ ਕੀ ਉਹਨੂੰ ਕਹਿੰਦੇ ਆ ਰੈਕਡ ਚੈੱਕ ਕਰੋ ਤੇ ਕਿੱਥੇ ਕੰਮ ਕਰਦਾ, ਫਿਰ ਤੁਹਾਨੂੰ ਕਦੇ ਪ੍ਰੋਬਲਮ ਆਉਂਦੀ ਨੀ। ਸੋ ਮੇਰੇ ਕੋਲ ਵੀ ਹੈਗੇ ਆਪਣੇ ਰੈਂਟਲ, ਪਰ ਸਾਨੂੰ ਅੱਜ ਤੱਕ ਕਦੇ ਪ੍ਰੋਬਲਮ ਆਈ। ਸਾਨੂੰ ਆਪ ਕਹਿੰਦੇ ਵੀ ਸਾਡਾ ਤੁਹਾਡਾ ਕੰਟਰੈਕਟ ਐਕਸਪਾਇਰ ਹੋਣ ਵਾਲਾ, ਵੀ ਲਿਆਓ ਵੀ ਆਪਾਂ ਇੱਕ ਸਾਲ ਦਾ ਹੋਰ ਕਰ ਲਈਏ। ਤੇ ਅਸੀਂ ਕਦੇ ਸਾਲ ਦੇ ਵਿੱਚ ਇੱਕ ਵਾਰੀ ਚੈੱਕ ਕਰਦੇ ਹਾਂ। ਉਹਨਾਂ ਨੇ ਸਾਡੇ ਘਰ ਦੇ ਨਾਲ ਵੀ ਮਤਲਬ ਕਹਿ ਲਓ ਕਿ ਉਸ ਘਰ ਨੂੰ ਉਹਨਾਂ ਨੇ ਕਲੀਨ ਰੱਖਿਆ ਹੈਗਾ। ਸੋ ਆਪਾਂ ਕਹਿੰਦੇ ਏਦਾਂ ਦੇ ਕਲਾਇੰਟ ਹਰੇਕ ਨੂੰ ਮਿਲਣ ਜਿੱਦਾਂ ਟੈਨੈਂਟ। ਸੋ ਮਤਲਬ ਆਪਾਂ ਨੂੰ ਇਹਦੇ ਵਿੱਚ ਜਿਹੜੀ ਆਪਾਂ ਫੇਵਰ ਦੀ ਗੱਲ ਕਰਦੇ ਉਹ ਟੈਨੈਂਸੀ ਦੇ ਫੇਵਰ ਦੇ ਵਿੱਚ ਹੀ ਉਹਨਾਂ ਨੇ ਟੈਨੈਂਟ ਦੇ ਫੇਵਰ ਚ ਹੀ ਗੱਲ ਕਰਨੀ ਜੀ। ਉਹਦੇ ਵਿੱਚ ਹੈਗਾ ਆਪਾਂ ਪੈਸੇ ਲਾ ਕੇ ਘਰ ਆਪਾਂ ਇੱਕ ਲੈ ਰਿਹਾ ਹੈਗਾ, ਪਰ ਉਹਦੇ ਵਿੱਚ ਜਿਹੜਾ ਹੱਕ ਹੈਗਾ ਜ਼ਿਆਦਾ ਉਹ ਟੈਨੈਂਟ ਦੇ ਫੇਵਰ ਚ ਹੀ ਹੈ ਜੀ। ਧੰਨਵਾਦ ਜੀ। ਹਰਪਾਲ ਸਿੰਘ ਜੀ ਲਾਈਨ ਨੰਬਰ 4। ਹੈਲੋ ਗਿਲਜਾ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਗਿਲ ਸਾਹਿਬ, ਮੈਂ ਪਹਿਲਾਂ ਆਸਟ੍ਰੇਲੀਆ ਯਾਦ ਕਰਵਾ ਜੀ, ਤੁਹਾਨੂੰ ਦੱਸ ਕੇ ਵਿਕਟੋਰੀਆ ਡੇ ਜੀ। ਗਿਲ ਸਾਹਿਬ ਮੈਂ ਇੱਥੇ ਰਹਿ ਰਿਹਾ ਜੀ, ਇੰਡੀਆ ਤੋਂ ਆਉਣ ਤੋਂ ਪਹਿਲਾਂ ਮੇਰਾ ਫਰੈਂਡ ਪਜਾਇਆ ਜੀ $100 ਵੀ ਬੰਦੇ ਨੇ ਆਉਣਾ ਜੀ ਇੱਥੇ ਵੀ ਨਵੇਂ ਘਰ ਚ ਰਹਿ ਰਿਹਾ ਜੀ, ਹਨਾ ਜੀ। ਇੰਨੇ ਚੰਗੇ ਨੇ ਉਹ ਅੰਕਲ ਆਂਟੀ ਹੋ ਰਹਿੰਦੇ ਆ ਜੀ ਦੋਨੋਂ ਬਜ਼ੁਰਗ। ਗਿਲ ਸਾਹਿਬ ਕਿਸੇ ਵੀ ਚੀਜ਼ ਲਈ ਕਦੇ ਵੀ ਵਿਚਾਰਿਆਂ ਨੇ 2 ਸਾਲ ਦੇ ਕਰੀਬ ਹੋਣ ਵਾਲਾ ਜੀ, ਚੈੱਕ ਵੀ ਕਰਨ ਕੋਈ ਇੰਸਪੈਕਸ਼ਨ ਨੀ, ਕੋਈ ਐਗਰੀਮੈਂਟ ਨੀ ਹੋਇਆ ਜੀ ਉਹਨਾਂ। ਤੁਸੀਂ ਡਰਾਈਵ ਦੀ ਗੱਲ ਕੀਤੀ ਜੀ, ਅੱਜ ਹੀ ਮੈਂ ਕੱਲ ਡਰਾਈਵ ਤੋਂ ਕਿਤੇ ਚੀਕਾਂ ਜੀ ਮਾਰਦਾ ਸੀ, ਬੈਲਟ ਬੁਲਟ ਪੈਣ ਵਾਲੀ ਸੀ। ਮੈਂ ਕਿਹਾ ਅੰਕਲ ਤੁਸੀਂ ਆਏ ਹੋ ਵੀ ਆਪਾਂ ਇਹ ਕਰ ਲਈਏ ਜੀ ਚੈੱਕ ਮਾੜਾ ਜਾ, ਵੀ ਜਾਂ ਕਿਸੇ ਮਕੈਨਿਕ ਨੂੰ ਦਿਖਾਈ। ਉਹ ਕਹਿੰਦੇ ਕੋਈ ਨਾ ਪੁੱਤਰਾ ਤੂੰ ਆਪੀ ਦੇਖ ਲਈ। ਮੈਂ ਕਿਹਾ ਜੀ ਮੈਂ ਬੈਲਟ ਬੁਲਟ ਤਾਂ ਬੰਨੂਆ, ਤੁਸੀਂ ਜਾਣਾ ਕਈ ਵਾਰੀ ਵੱਡੀ ਪ੍ਰੋਬਲਮ ਆ ਜਾਂਦੀ ਹੈ ਜੀ। ਉਹ ਕਹਿੰਦਾ ਫਿਰ ਤੂੰ ਕਹਿੰਦੇ ਨੂੰ ਕੁਛ ਕਰਨ ਲੱਗਿਆ, ਜਿਹੜਾ ਕੁਛ ਹੁਣ ਠੀਕ ਹੋ ਗਿਆ ਠੀਕ ਆ, ਨਹੀਂ ਤਾਂ ਆਪਾਂ ਬਦਲ ਦੇਵਾਂਗੇ ਨਵਾਂ ਲਿਆਵਾਂਗੇ। ਐਵਰੀ ਡੇ ਡਰਾਇਰ ਚੱਲਦਾ ਜੀ, ਬੱਚੇ ਸਕੂਲੋਂ ਆਉਂਦੇ ਨੇ, ਸਾਰਾ ਕੁਛ ਕਰਦੇ ਨੇ, ਕੋਈ ਵਿਚਾਰਾਂ ਨੇ ਕਦੇ ਤੰਗੀ ਨੀ ਕੀਤੀ ਜੀ, ਕੋਈ ਪ੍ਰੋਬਲਮ ਨੀ। ਤੇ ਉਵੇਂ ਮੇਰਾ ਇੱਕ ਫਰੈਂਡ ਰਹਿੰਦਾ ਜੀ, ਉਹਨਾਂ ਨੂੰ ਵਿਚਾਰਿਆਂ ਨੂੰ ਵੀਕ ਚ 2 ਦਿਨ ਲਾਂਡਰੀ ਕਰਨੀ ਮਿਲਦੀ ਆ ਜੀ, ਵੀਕ ਚ 2 ਦਿਨ। ਛੋਟੇ ਛੋਟੇ ਬੱਚੇ ਨਾਲ ਕੋਵਿਡ ਦਾ ਟਾਈਮ ਸੀ ਦੇਖ ਲਓ ਜੀ, ਅੱਜ ਤੱਕ ਦਾ ਜੀ ਪਰਮਾਤਮਾ ਅੱਗੇ ਵੀ ਐਵੇਂ ਰੱਖੇ। ਕੋਈ ਫਰਕ ਨੀ ਲੱਗਦਾ ਨੀ ਜੀ ਵੀ ਕਿਰਾਏ ਦੇ ਰਹਿਣਾ ਜਾਂ ਕਿਸੇ ਨੇ ਰਹਿਣਾ, ਅੰਕਲ ਆਂਟੀ ਦੋਨੋਂ ਨੇ ਵਿਚਾਰੇ ਨਾਲ ਜੀ, ਆਪਾਂ ਬੱਚਿਆਂ ਨਾਲ ਰਹਿ ਰਹੇ ਹਾਂ, ਕੋਈ ਪ੍ਰੋਬਲਮ ਨੀ ਆ ਰਹੀ ਜੀ ਕਿਸੇ ਵੀ ਤਰੀਕ ਦੀ, ਜੋ ਮਰਜ਼ੀ ਜਿਵੇਂ ਮਰਜ਼ੀ ਯੂਜ਼ ਕਰੋ ਜੀ। ਥੈਂਕ ਯੂ ਜੀ, ਧੰਨਵਾਦ। ਗੱਲ ਆਉਣਾ ਹੀ ਨੀ ਹੁਣ ਨੀ ਆਉਣੀ ਜੀ, ਹੁਣ ਨੀ ਆਉਣੀ। ਥੈਂਕ ਯੂ। 2 ਦਿਨ ਤਾਂ ਬਹੁਤ ਨੇ, ਪੁਰਾਣੇ ਸਮੇਂ ਚ 1 ਦਿਨ ਹੀ ਮਿਲਦੀ ਸੀ। ਆ ਜਿਹੜਾ ਡਿਪੋਜ਼ਿਟ ਜਿਹੜਾ ਡੈਮੇਜ ਵਾਲਾ ਨਾ ਚੱਕਰ, ਸੰਧੂ ਸਾਹਿਬ ਜਤਿੰਦਰ ਉਹਨੇ ਦੱਸਿਆ, ਕਹਿੰਦਾ ਵੀ ਮੈਂ ਚਾਚਾ ਜੀ ਨਾਲ ਆਪਣਾ ਰਹਿੰਦਾ ਸੀ, ਅਸੀਂ ਕਿਸੇ ਨੂੰ ਦੇ ਆਏ ਡਿਪੋਜ਼ਿਟ ਇੱਥੇ, ਕਮਿਊਨਿਟੀ ਚ ਨੋਨ ਨੇ ਬੰਦੇ ਬਾਹਰ ਤੁਰਦੇ ਫਿਰਦੇ। ਉਹ ਕਹਿੰਦੇ ਘੰਟੇ ਚ ਮੈਂ ਘਰੇ ਗਿਆ, ਚਾਚਾ ਕਹਿੰਦਾ ਯਾਰ ਗੁਆਂਢ ਚ ਬੇਸਮੈਂਟ ਸੀ ਪੁੱਤ, ਇੱਡੀ ਦੂਰ ਤੂੰ ਕਿੱਥੇ ਮੂੰਹ ਹੋਵੇਗਾ, ਰੋਟੀ ਪਾਣੀ ਦੇ ਸੌਖ ਹੈ, ਇਕੱਲਾ ਹੈਗਾ ਤੂੰ, ਇੱਥੇ ਹੀ ਮੈਂ ਤੂੰ ਰਹਿ ਲਾ। ਕਹਿੰਦਾ ਅਸੀਂ ਘੰਟੇ ਚ ਮੁੜ ਆਏ, ਬਈ ਯਾਰ ਬਈ ਆਹ ਸਾਡੀ ਹੋ ਗਈ। ਕਹਿੰਦਾ ਨਾ ਨਾ ਨਾ, ਡਿਪੋਜ਼ਿਟ ਨੀ ਤੇਰਾ ਦੇਣਾ, ਅਸੀਂ ਤਾਂ ਲਾਂਡਰੀ ਤੋਂ ਲਾ ਲਈ ਜਾ ਕੇ। ਦੇਖ ਲਾ ਵੀ ਕਿੱਡੀ ਐਡਵਰਟਾਈਜ਼ਮੈਂਟ ਵਾਲੀ ਏਜੰਸੀ ਲਾਈ ਹੋਈ ਸੀ ਨਾ, ਜਿਹਦੇ ਦੇ ਪੈਸੇ ਇਕੱਠੇ ਉਹਨਾਂ ਨੇ ਕੱਟ ਲਏ ਤੇ ਬਹੁਤ ਔਖਾ ਹੋ ਗਿਆ, ਦੁਬਾਰਾ ਕੰਟਰੈਕਟ ਕਰਨਾ ਪੈਣਾ। ਜਾ ਕੇ ਗੱਡੀ ਲੈ ਲਿਜਾ ਕੇ ਇੱਕ ਪੇਪਰ ਹੀ ਲਾਇਆ, ਉਹ ਕਹਿੰਦੇ ਵਿੱਚ ਬੰਦੇ ਪਾ ਕੇ ਮਸਾਂ ਅੱਧੇ ਲਏ, ਜਿਹੜਾ ਡਿਪੋਜ਼ਿਟ ਦਿੱਤਾ ਮਸਾਂ ਮਿਲ। ਇਹਨਾਂ ਨਾਲ ਕੀ ਫਰਕ ਪੈਣਾ? ਤੁਸੀਂ ਇੱਕ ਤਾਂ ਦੇਖੋ ਵੀ ਤੁਸੀਂ ਤੁਹਾਡੀਆਂ ਬੀਂਗ ਏ, ਜੋ ਮੈਂ ਠੀਕ ਹੈ ਜਿੱਥੇ ਗਲਤ ਕਰ ਰਹੇ ਨੇ ਕਿਰਾਏਦਾਰ ਉੱਥੇ ਨਹੀਂ ਕਰਨੀ ਚਾਹੀਦੀ, ਪਰ ਬੀਂਗ ਏ ਓਨਰ ਤੁਸੀਂ ਇਹ ਤਾਂ ਦੇਖਿਓ ਵੀ ਤੁਹਾਡੇ ਹੱਕ ਜੇ ਉਹਨਾਂ ਦੇ ਵੱਧ ਘੱਟ ਨੇ, ਪਰ ਤੁਹਾਡਾ ਮਾਣ ਵੱਧ ਹੋਣਾ ਚਾਹੀਦਾ। ਤੁਹਾਡੇ ਘਰ ਚ ਕੋਈ ਰਹਿ ਰਿਹਾ ਤੁਹਾਨੂੰ $1,000 $1,100 ਦੇ ਰਿਹਾ ਉਹ ਮਹੀਨੇ ਦਾ, ਤੇ ਜਦ ਉਹ ਖਾਲੀ ਕਰਦਾ ਤੇ ਫਿਰ ਘਰ ਚ ਭੁਚਾਲ ਆ ਜਾਂਦਾ। ਲਿਖ ਲਿਖ ਕੇ ਲਾਉਣੇ ਆ, 2 ਬੈਡਰੂਮ ਦੀ ਵਿੱਚੇ ਕੇਬਲ, ਵਿੱਚੇ ਹੀ ਕੁੱਤੀ ਨਾ ਹੋਵੇ, ਬਿੱਲਾ ਨਾ ਹੋਵੇ, ਪਤਾ ਨੀ ਕੀ ਨਾ ਹੋਵੇ, ਸਫਾਈ, ਇੰਟਰਨੈਟ, ਵਿੱਚੇ ਹੀ ਕੇਬਲ, ਤਾਰਾਂ ਵਿੱਚੋਂ ਕੱਢੀਆਂ ਹੁੰਦੀਆਂ ਤੇ ਸਿੱਟੀਆਂ ਹੁੰਦੀਆਂ। ਹੁਣ ਤਾਂ ਕੰਮ ਹੀ ਦੂਜਾ, ਹੁਣ ਤਾਂ ਜਿਹੜਾ ਵਾਈਫਾਈ ਆ ਤੇ ਉੱਪਰੋਂ ਚੱਲਦਾ ਥੱਲੇ ਚੱਲੀ ਜਾਂਦਾ। ਦੱਸੋ ਕਿਹੜੀ ਖਾਸ ਲਵਾ ਦਿੱਤੀ? ਮੇਰੇ ਖਿਆਲ ਵੀ ਆਪਾਂ ਜੇ ਇੰਨੀ ਸਾਂਝ ਨੀ ਸਾਡੀ, ਫਿਰ ਉੱਥੇ ਦੇ ਮੁੱਦਿਆਂ ਤੇ ਸਾਡੀ ਕਾਹਦੀ ਸਾਂਝ ਆਪਸ ਵਿੱਚ? ਇਹ ਪਿਆਰ ਨਾਲ ਰਹਿਣਾ ਚਾਹੀਦਾ, ਇਸ ਤਰ੍ਹਾਂ ਫਰਕ ਨੀ। ਟੈਨਸੀ ਟੂਨਸੀਆਂ ਦੇ ਤਾਂ ਧੱਕੇ ਨੇ, ਫਿਰ ਮਾਲਕ ਮਕਾਨ ਵੀ ਪਿਆਰ ਨਾਲ ਰਹਿਣ, ਕਿਰਾਏਦਾਰ ਵੀ ਮਕਾਨ ਨਾਲ, ਕਿਰਾਏਦਾਰ ਕਹੀਏ ਨਾ ਉਹ ਪਾਰਟ ਨੇ ਫੈਮਿਲੀ ਦਾ, ਕਿਰਾਏਦਾਰ ਕਿਉਂ ਪੈਣਾ? ਉੱਪਰ ਥੱਲੇ, ਸਾਡੇ ਥੱਲੇ ਵਾਲੇ, ਸਾਡੇ ਉੱਪਰ ਵਾਲੇ, ਲੈ ਆਹ ਵੀ ਕਿੱਦਾਂ ਚੱਲਦੀ ਹੈ? ਲਓ ਜੀ, ਸਮਾਂ ਮੁੱਕ ਗਿਆ, ਕੱਲ ਨੂੰ ਸ਼ੁੱਕਰਵਾਰ।
ਵੀਕਐਂਡ ਮਨਾ ਦਾਂਗੇ ਕੱਲ ਨੂੰ ਰੱਬ ਰੱਖ।